ਉਹ ਕਹਿੰਦਾ ਕਈ ਜਨਮ ਹੋ ਗਏ ਤੂੰ ਬੱਕਰਾ ਬਣਦਾ ਰਿਹਾ, ਕਦੀ ਮੈਂ ਕਸਾਈ ਬਣਿਆ, ਕਦੀ ਤੂੰ ਬਣਿਆ, ਕਦੀ ਮੈਂ ਬਣਿਆ। ਆ ਤੂੰ ਅੱਗੇ ਤੇ ਅਸੀਂ ਇੱਕ ਦੂਜੇ ਦਾ ਗਾਲੀ ਕੱਟਦੇ ਸੀ ਸਾਰਾ, ਆ ਤੂੰ ਜੀਂਦੇ ਜੀ ਤੂੰ ਮੇਰਾ ਮਾਸ ਵੱਢ ਰਿਹਾ, ਇਹ ਨਵੀਂ ਭਾਜੀ ਤੂੰ ਚੜਾ ਰਿਹਾ। ਆਹਾ, ਉੱਥੋਂ ਗਿਆਨ ਹੋ ਗਿਆ। ਉਹ ਫਿਰ ਮਹਾਂਕ ਸਾਬੇ ਛੁਰੀ ਸੱਟ ਪਾਈ, ਏ ਮਹਾਂਕ ਸਾਬੇ ਛੁਰੀ ਸੱਟ ਪਾਈ। ਇਹ ਕੌਣ ਉਹਨੂੰ ਇਹੋ ਜਿਹਾ ਗਿਆਨ ਭੇਜ ਸਕਦਾ ਹੈ? ਇਹ ਹੈ ਜਿਹੜਾ ਕਸਾਈ ਤੇ ਵੀ ਦਇਆ ਹੋ ਜਾਏ, ਇਹੋ ਜਿਹਾ ਸਾਡਾ ਪਿਆਰਾ ਰੱਬ ਹੈ। ਕਿਰਪਾ साबे छुरी सटे पाई, साबे छुरी सटे पाई। आहा, आओ हुण सदना नहीं कहना, हुण सदना जियो कहना है। भगतां नूं सदा गुरु महला पंजवां बाणी दे विच जियो कह के, कबीर जियो, नामदेव जियो, किसे भगत दा सीधा नां ना लाओ, जिद्दां बाणी च लिखिया उन्ना आदर दो। जे को जियो कहे उन्हां को जम की तलब ना हो। इस करके नामदेव जो दे वेले दे जेड़े आ साधना जी भगत सी, वो फिर अपना शब्द दिंदे ने, मैं नहीं कछ हूं नहीं के छे आहे ना मोरा, मैं नहीं कछ हूं राख ले हो सदना जान तो जगत गुरा, कव गुण कहाँ जगत गुरा, जाओ कर्म ना नाश है, कव कहाँ जगत गुरा, जाओ कर्म ना नाश है, सिंह शरण कट जा ਹਰਨ ਜੰਬਕ ਗਰਾ। ਰਹਾ ਉਹਦੀ ਤੁਕ ਹੈ ਜਗਤ ਗੁਰਾ, ਅਕਾਲ ਪੁਰਖ ਨੂੰ ਕਿਹਾ ਹੈ। ਜਿੱਦਾਂ ਸਾਡੀ ਸਿੱਖੀ 'ਚ ਇੱਕੋ ਹੀ ਗੁਰੂ ਹੈ, ਉਹ ਹੈ ਅਕਾਲ ਪੁਰਖ। ਤੋ ਜਗਤ ਗੁਰਾ ਮਹੱਲੇ ਔਰ ਜਾਂ ਉਹਦੇ 'ਚ ਸਮਾਇਆ ਹੋਇਆ ਸ਼ਬਦ ਅਖੁੱਟ ਬਾਬੇ ਨਾਨਕੇ ਦੇ ਰੂਪ ਨੂੰ ਵੀ ਜਗਤ ਗੁਰਾ ਕਿਹਾ ਹੈ। ਉਹ ਕਿਸ ਤਰ੍ਹਾਂ ਮਹੱਲਾ ਪੰਜਵਾਂ ਸਰਟੀਫਾਈ ਕਰਦਾ ਹੈ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਮਿਲ ਨਾਨਕ ਦੇਵ ਜਗਤ ਗੁਰ ਕੇ। ਗੁਰੂ ਨਾਨਕ ਦਾ ਜਿਹੜਾ ਸ਼ਬਦ ਅਖੁੱਟ ਰੂਪ ਹੈ ਉਹ ਵੀ ਜਗਤ ਰੂਪ ਹੈ, ਇਸੇ ਕਰਕੇ ਸਾਰੇ ਭਗਤ ਉਹਨਾਂ ਦੇ ਦੀਖਿਅਤ ਹੋਏ। ਜਗਤ ਗੁਰੂ ਹੈ ਹੀ ਗੁਰੂ ਨਾਨਕ, ਇਸ ਕਰਕੇ ਉਹ ਕਹਿੰਦੇ ਓਏ ਇਹੋ ਜਿਹਾ ਗੁਰ ਕਰਨ ਦਾ ਕੀ ਫਾਇਦਾ ਜੇ ਕੌਮ ਹੀ ਨਾ ਨਾਸੇ ਦੇ,
ਕਰਮਾਂ ਦਾ ਫਲ ਹੈ, ਇੰਨੇ ਮੈਂ ਪਾਪ ਕੀਤੇ, ਇੰਨਾ ਕੁਛ ਕੀਤਾ, ਮੈਂ ਇਹੋ ਜਿਹਾ ਗੁਰੂ ਨਹੀਂ ਕਰਦਾ ਜਿਹੜੇ ਮੇਰੇ ਕਰਮ ਹੀ ਨਾ ਧੋ ਸਕੇ। ਕਰਮ ਨਾ ਨਾਸੇ, ਇਹੋ ਫਿਰ ਰਾਮਾਨੰਦ ਨਾ ਗੁਰੂ ਨਾ। ਰਾਮਾਨੰਦ ਜਿਹੜਾ ਕਬੀਰ ਦਾ ਪਹਿਲਾ ਗੁਰੂ ਸੀ, ਉਹਨੇ ਫਿਰ ਗੁਰੂ ਨਾਨਕ ਨੂੰ ਗੁਰੂ ਕੀਤਾ, ਜਗਤ ਗੁਰੂ ਨੂੰ, ਔਰ ਉਹਨੇ ਫਿਰ ਸ਼ਬਦ ਦਿੱਤਾ ਗੁਰਮੁਖੀ ਲਿਪੀ 'ਚ ਲਿਖ ਕੇ, ਭਈ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਉਹਨੇ ਵੀ ਸ਼ਬਦ ਲਿਆ ਫਿਰ। ਇਸ ਕਰਕੇ ਅਸੀਂ ਸਿੱਧ ਕਰਦੇ ਆ ਰਹੇ ਹਾਂ, ਸਾਰੇ ਹੀ ਭਗਤਾਂ ਦੀ ਬਾਣੀ ਉਸੇ ਲੈਵਲ, ਉਸੇ ਚੀਜ਼, ਉਹੀ ਸ਼ਬਦ ਦਾ ਨਾਂ ਲੈਣਗੇ। ਤੋ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕੱਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਰਾਮਾਨੰਦ ਜੀ ਉਹ ਇੱਥੋਂ ਬਾਅਦ ਸਦਨਾ ਜੀ ਕਹਿ ਰਹੇ ਨੇ, ਉਹ ਇਹੋ ਜਿਹਾ ਗੁਰੂ ਕਰੋ ਜਿਹੜੇ ਸਾਰੇ ਪਿਛਲੇ ਪਾਪ ਪੂਪ ਸਾਰੇ ਕੱਟੇ ਜਾਣ। ਉਹ ਕਿੱਦਾਂ ਕਟਾਉਂਦੇ ਹੈ? ਜਿੱਦਾਂ ਇੱਕ ਵੱਡੀ ਨਹਿਰ 'ਚੋਂ ਸੂਆ ਨਿਕਲੇ ਨਾ, ਛੋਟਾ ਨਹਿਰ, ਉਹ ਵੱਡੀ ਨਹਿਰ ਦੇ ਉੱਤੋਂ ਨਾ ਫੱਟੇ ਚੱਕਦੇ ਹੈ, ਉਹ ਫਿਰ ਪਾਣੀ ਉਹ ਦੂਸਰੀ ਨਹਿਰ 'ਚ ਆ ਜਾਂਦਾ, ਛੋਟੀ 'ਚ ਬਰਾਂਚ 'ਚ। ਉਹ ਜਿਹੜੇ ਫੱਟੇ ਚੱਕਣਾ ਨਾ, ਉਹਨੂੰ ਕਈ ਵਾਰੀ ਪੰਜਾਬੀ 'ਚ ਕਹਿੰਦੇ ਯਾਰ ਚੱਕ ਦਿਓ ਫੱਟੇ ਹੁਣ, ਮਤਲਬ ਚੱਕ ਦਿਓ ਪਾਣੀ ਆ ਜਾਏ ਨਹਿਰ ਦੇ ਵਿੱਚ। ਉਹ ਫੱਟੇ ਚੱਕਣ ਕਹਿੰਦੇ ਆ, ਉਹ ਜਿਹੜੀ ਨਹਿਰ ਪਹਿਲੀ ਹੁੰਦੀ ਨਾ, ਉਹਦੇ 'ਚ ਕਈ ਪਿੰਡਾਂ 'ਚੋਂ ਲੰਘਦੀ, ਉਹਦੇ 'ਚ ਇੰਨਾ ਗੰਦ ਮੌਲ ਸਭ ਕੁਛ ਛੁੱਟਿਆ ਹੁੰਦਾ ਲੋਕਾਂ ਨਾਲ, ਜਦੋਂ ਉਹ ਸੁੱਕੀ ਹੁੰਦੀ ਹੈ, ਉਹਨੇ ਕੂਨੇ ਨਿਆਣਿਆਂ ਦਾ ਹੋਰ ਟੋਇਲਟ ਜੋ ਜੋ ਹੁੰਦਾ ਨਾ ਉਸ ਨਹਿਰ ਦੇ ਵਿੱਚ ਸੁੱਟੀ ਜਾਂਦੇ। ਉਹ ਫਿਰ ਜਦੋਂ ਪਹਿਲਾਂ ਹੀ ਪਾਣੀ ਆਉਂਦਾ ਹੈ ਨਾ, ਉਹ ਪਹਿਲਾਂ ਹੀ ਪਾਣੀ ਅੱਗੇ ਅੱਗੇ ਲਾ ਲੈਂਦਾ ਸਭ ਕੂੜ ਕਵਾੜ ਨੂੰ, ਉਹ ਮਾਰਦਾ ਧੋ ਕੇ ਮਗਰੋਂ ਸਾਫ ਪਾਣੀ ਨਹਿਰ 'ਚ ਵਗਣਾ ਸ਼ੁਰੂ ਹੋ ਜਾਂਦਾ। ਇਹ ਹੈ ਗੁਰੂ ਦਾ ਅਸਲ ਗੁਰੂ ਕਰਨਾ, ਵੀ ਗੁਰੂ ਐਸਾ ਕਰੋ ਜਿਹਦੇ ਫਿਰ ਜਪ ਦੇ ਨਾਲ ਜਨਮਾਂ ਜਨਮਾਂ ਦੇ ਪਾਪ ਰੁੜਦੇ ਚਲੇ ਜਾਣ ਅਤੇ ਸਾਫ਼ ਹੁੰਦੇ ਜਾਣ ਅੰਦਰ। ਉਹ ਹੈ, ਉਹ ਮਹਾਰਾਜ ਕਹਿੰਦੇ ਆ ਜਗਤ ਗੁਰੂ ਤੈਨੂੰ ਇਹੋ ਜਿਹਾ ਗੁਰੂ ਕਰ ਜਿਹੜਾ ਕਿ ਸਾਰੇ ਕਰਮ ਦਾ ਫਲ ਨਾਸ ਹੋ ਜਾਏ। ਮੈਂ ਇਹੋ ਜਿਹਾ ਗੁਰੂ ਨਹੀਂ ਕਰਦਾ ਜਿਹੜਾ ਕਰਮ ਦਾ ਹੀ ਨਾਸ ਨਾ ਹੋ ਜਾਏ। ਕਿਉਂ? ਕਹਿੰਦਾ ਉਹ ਸਿੰਘ ਦੀ ਸ਼ਰਨ 'ਚ ਆਉਣ ਦਾ ਕੀ ਫਾਇਦਾ ਸ਼ੇਰ ਦੀ ਵਿੱਚ ਜੇ ਮੈਨੂੰ ਗਿੱਦੜ ਹੀ ਡਰਾਈ ਜਾਣ। ਇੱਕ ਸਿੰਘ ਦੀ ਸ਼ਰਨ 'ਚ ਸੰਬੰਧ ਆ, ਸ਼ੇਰ ਦੀ ਚਲੇ ਜਾਏ ਅਤੇ ਗਿੱਦੜਾਂ ਕੋਲੋਂ ਡਰੇ। ਜੁੰਬਕ ਕਹਿੰਦੀ ਹੈ ਗਿੱਦੜ ਨੂੰ, ਕਹਿੰਦੇ ਉਹ ਜਬ ਜੁੰਬਕ ਗਰਾਸੇ, ਉਹ ਕਹਿੰਦਾ ਸਿੰਘ ਸਰਨ ਕੱਤ ਜਾਈਏ, ਕੀ ਲੋੜ ਹੈ ਸਿੰਘ ਦੇ ਸਰਨ ਦੀ ਜਾਣ ਦੀ ਜੇ ਮੈਨੂੰ ਗਿੱਦੜ ਹੀ ਡਰਾ ਰਹੇ ਨੇ, ਜੇ ਕਰਮ ਹੀ ਭੈੜੇ ਮੈਨੂੰ ਛੇਰ ਵਾਂਗੂ। ਉਹ ਕਹਿੰਦੇ ਐਸੇ ਗੁਰੂ ਦੀ ਸੇਵਾ 'ਚ ਜਾਓ ਜਿਹੜੇ ਗੜੇ ਗਿੱਦੜੇ ਛੋਟੇ ਮੋਟੇ ਪਾਪ ਸਾਰੇ ਨਾ ਮੈਨੂੰ ਡਰਾ ਸਕਣ, ਨਾ ਮੈਨੂੰ ਕੰਬਾ ਸਕਣ, ਐਂ ਮੈਂ ਤਕੜਾ ਹੋ ਕੇ ਅਗਲੀ ਦਰਗਾਹ 'ਚ ਜਾਵਾਂ। ਤੂੰ ਮਹਾਰਾਜ ਰਹਾਉ ਦੀ ਤੱਕ ਦਿੰਦੇ, ਕਹਿੰਦੇ ਤਵ ਕਵਨ ਗੁਣ ਕਹਾਂ ਜਗਤ ਗੁਰਾ ਜਾਓ ਕਰਮ ਨਾ ਨਾਸੈ, ਤਵ ਗੁਣ ਕਹਾਂ ਜਗਤ ਗੁਰਾ ਜਾਓ ਕਰਮ ਨਾ ਨਾਸੈ, ਸਿੰਘ ਸਰਨ ਕੱਤ ਜਾਓ ਜੁੰਬਕ ਗਰਾ ਆਈ ਵਾਰੀ। ਫਿਰ ਨਾਨਕ ਜੋਤ ਨਾ ਇੱਕ ਨਹੀਂ, ਫਿਰ ਪੰਜ ਸਿੰਘ ਖੜੇ ਕਰ ਦਿੱਤੇ ਬਾਟੇ ਦੇ ਦੁਆਲੇ, ਫਿਰ ਉਹ ਜਰਾ ਖੰਡਾ ਤੇ ਫਿਰ ਕਰੋ ਪੌਲ ਤਿਆਰ। ਉਹ ਫਿਰ ਪੰਜ ਸ਼ੇਰ ਖੜੇ ਕਰ ਦਿੱਤੇ। ਇਹ ਹੈ ਸਾਡੀ ਤਵ ਕਵਨ ਗੁਣ ਕਹਾਂ ਜਗਤ ਗੁਰਾ ਜਾ ਕਰਮ ਨਾ ਨਾਸੈ, ਤਵ ਗੁਣ ਕਹਾਂ ਜਗਤ ਗੁਰਾ ਜਾ ਕਰਮ ਨਾ ਨਾਸੈ, ਸਿੰਘ ਸਰਨ ਕਬ ਜਾਈਐ ਜੁੰਬਕ ਗਰਾਸੈ, ਸਿੰਘ ਸਰਨ ਕਬ ਜਾਈਐ ਭਾਈ। ਇੱਕ ਹੋਰ ਵੀ ਕਥਾ ਆਉਂਦੀ ਹੈ, ਸਦਨਾ ਜੀ ਕਹਿੰਦੇ ਭਾਈ ਤੂੰ ਐਡਾ ਦਿਆਲੂ ਹੈ, ਤੂੰ ਇੱਕ ਤਰਖਾਣਾ ਦਾ ਮੁੰਡਾ ਸੀ, ਉਹ ਕਿਤੇ ਮਹੱਲਾਂ ਦੇ ਲਾਗੇ ਰਹਿੰਦਾ ਸੀ ਅਤੇ ਰਾਜੇ ਦੀ ਲੜਕੀ ਸੀ, ਉਹ ਬੜੀ ਸੁੰਦਰ ਸੀ, ਉਹ ਬਾਲ ਸਕਾਰੀ ਸੀ ਬਾਹਰ ਉੱਤੇ ਚੁਆਰੇ ਦੇ, ਉਹਦੇ 'ਤੇ ਮੋਹਿਤ ਹੋ ਗਿਆ। ਉਹ ਕਿਤੇ ਵਿਸ਼ਨੂੰ ਦੀ ਪੂਜਾ ਕਰਦੀ ਸੀ ਗਰੜ ਦੀ ਸਾਰੀ ਸਾਰੀ, ਉਹਨੇ ਮੁੰਡੇ ਨਾਲ ਸੋਚਿਆ ਵੀ ਕੋਈ ਢੰਗ ਕੱਢੀਏ ਇਹਦੇ ਨਾਲ ਵਿਆਹ ਕਰਾਉਣ ਦਾ। ਉਹਨੇ ਤੇ ਜੀ ਲਾ ਲਏ ਆਲੇ ਦੁਆਲੇ ਖੰਭ ਵਿਸ਼ਨੂੰ ਵਾਲੇ, ਉਹ ਗਰੜ ਭਗਵਾਨ ਬਣ ਗਿਆ। ਆਲੇ ਦੁਆਲੇ ਖੰਭ ਲਾ ਕੇ ਲੱਕੜ ਦੇ ਲਾ ਕੇ, ਉਹ ਰਾਤ ਨੂੰ ਜਿੱਥੇ ਉਹ ਪੂਜਦੀ ਹੁੰਦੀ ਸੀ ਗਰੜ ਨੂੰ, ਉਹ
पता नहीं किदां चढ़ चुड़ के उस कमरे च उह मूर्ति दी जगह आप फर ला के बैठ गया। ये मैं आउटलाइना जी तां दस रहा भी थानू शब्द की थोड़ी जी समझ आ जाए। एडा वड्डा भी अकाल पुरख है जिहड़ा इहो जिहा नूं भी बख्श दिंदा। वो जिस वेले पूजन आई सारी आई तो वह बस जी वह रोज़ उत्थे ही बस दर्शन कर लिया करे। वो मूर्ति की जगह वह बैठ गया, उन्हें बहाना लभ लिया भी वो उसे चलो जी वो रोज़ पूजन आए सारे। वो राजे ना क्या वो कहती जी मेरा गर्व मेरा भगवान तो बोलता भी है सब कुछ करता। वो कहता यार मैं देखा यदा भगवान किदां दा। उन्हें कहा अच्छा मैं कल आऊँगा देखूंगा तेरे भगवान नूं ते वो की करदा जां सारा। ओहो वह जिहड़ा मुंडा सी ना बहुत डर गया भी कल बादशाह आ जाना मेरा पाज खुल जाना। वो फिर दिलों अंदरों ना ऐसी अरदास निकली जिहड़ी लीक नहीं हुई। फिर दीन हो गया ऐसी प्यार ना उन्हें रब अगे अरदास की इस जगत गुरे अलगे अकाल पुरख जी दे किरपा निधान है जिहड़ा सदा। वो कहिंदे वो वाकई जदों टेस्ट करन आया वो वाकई ही खंभा ना उड़ गया ऐ सारा कुछ दानी जी आउंदी है। उत्थों बाद सारा वो लंबे गांह ते पता नहीं है पर इन्ना कहिंदा शब्दां च माड़ा जिहा इशारा आएगा जिदां सुलही ते नारायण राख भी सुलही खान किदां मोया किदां और किदां गुरु अर्जन पातशाह हर हरि का और नाम ही जपते रहे। वह सुलही खान के बिचों तलवार और पट्ठे से निकल के वो गल च फिर गई कि मारन आ रहे थे महाराज नूं आप ही मर गए। इस तरह छोटिया छोटिया एवं टाइम नहीं जाया किया बहुता कहानियां तो माड़े माड़े इशारे दिते आ इत्थे सदना जी अपने शब्द च कहिंदे भाई तू उन्हें भी तो तार ही दिता सी जे मैं बकरे बढ़ता रहा तो तद की है मेरे कर्म नहीं तू नाश कर सकता। इस करके निरप कन्या कै कारण एक पया बेखारी निरप कन्या कै कारण एक पया बेखारी कामार्थी स्वार्थी वाती पैर सवारी कामार्थी स्वार्थी सगल पदार्थ प्रभ दीत अपने लोग को तीनों मीत सगल पदार्थ प्रभ दीत। भाई साहब रणधीर सिंह जी का प्यो जज सी हमेशा उर्दू बोलता हुंदा सी और दुनिया की ताजी राह ते हिंद जिहड़ी पंजाबी च पहला लिखी गई गुरमुखी लिपि च ये उन्होंने बाप ने बनाई सी। बड़ी देन है सिख कौम नूं एडे लायक जज सी नारंगवाल दे भाई साहब दे। उन्होंने अपना बच्चा लाहौर पढ़न पाया चीफ कॉलेज सारिया च भाई रणधीर सिंह जी। ये पहला पढ़ाई पढ़ुई च उस तरह के होंदे सी ते पिंड आण के ते कबूतरबाजी करते होंदे सी। मैं वो भेद दस रहा हाँ जेडे हाली किसी नूं पता नहीं है। एक बारी कबूतर उड़ाउंदे उड़ाउंदे ना उत्तों रखे सी कबूतर उन्हां नाल ध्यान ते कोठे तों डिग पए ते खुरली ते नक्क भार पए उदां दी इहनां दी नक्क फिस गई सी। इह कॉलेज जदों पढ़ने पाए ते बाप नूं बड़ा फिक्र है बड़े साधू सुभाअ दे सी छोटे दे ते करमां च भगती सी पिछली। वो फिर बाप ने उन्हूं कहा कहिंदे काका तेरा इम्तिहान लागे आ गया है तू चल अच्छा कुछ ना तू बाणी बोणी तो पढ़दा नहीं ना तू रब नूं मनदा चल तू बाणी पढ़ लिया कर जपजी साहब जां होर ऐस बने थोड़ा थोड़ा वागुरू कर लिया कर बाणी पढ़ लिया कर गुटके तू सारी चीज़ तो तू पास हो जाएगा। इत्थों भाई साहब लगे सी कहिंदे फिर मैं इम्तिहान लागे आ गया मैनू होर कोई नहीं अपने लोभ लिए अपने लालच नहीं ना मैं फिर देह पाठ करने शुरू किए। वो पाठा की ऐसी बरकत हुई मैं बिचे फस गया वो पास तो मैं हो गया पर अपने लोभ को कीनो मीत मैनू सौरे पदार्थ फिर तो मेरे अंदर कोई चीज़ा होने लग पी। मैं क्या वही तो कोई गल है
इस करके उत्थों वो सारी चीज लगे सी भी अपने लोभ को पीनो मीत। इस करके महाराज कहिंदे भी जिहड़ा कामार्थी किसे ना अपने ऐसे भी होया सी। महाराज कहिंदे कामार्थी स्वार्थी कौन सवार सकता है एहो जी कौन कृपा ने दान फिर भाई साहब फिर ऐसे लगे फिर छड़िया लब के ही सब कुछ क्योंकि ए फिर ओ टाप दे उत्ते जाके फिर ओ नाम उच्ची उच्ची जपया नारंगवाल ते गुजरवाल दे दरमियान उजाड़ जगह सी जिथे हाड़ पैंदा हुंदा सी कि दोहां पिंडां दे पिछले जट को सदियां तो लड़दे आ रहे सी ते ओ रूहां जिहड़ियां ना उत्ते हाड़ा पाउंदियां सी आण के जिहड़ियां मरियां रूहां सी उस थां कोई जांदा नहीं सी हुंदा भाई साहब ना फिर आण के वह जगह पसंद की उत्थे फिर इन्ना उच्ची नाम जपया लोग कोई लागे डरते ना जाए भी खरे हाड़ ही पै रहा उन्हें भैड़िया रूहों का वो भाई साहब ने उत्थे फिर गुप्त नाम कमाई की। तो इस करके जेड़ी चीज़ पर लगे कितों किसी बन्ने भी लग पाओ गुरु वाल लग जाओ सही पर वो गुण बड़े है क्यों कृपा ने निरप कन्या के कार ने चित पया बेकारी निरप कन्या के कार ने चित पया बेकारी कामारथी ਰਹਾਉ ਦੀ ਤੁਕ ਮੂੰਹ ਚ ਉੱਠੀ ਸਦਨੇ ਜੀ ਤੂੰ ਕੀ ਉੱਠੀ ਤਵ ਗੁਣ ਕਹਾ ਜਗਤ ਬੁੜਾ ਜਾ ਕਰਮ ਨਾਨਾਸੇ ਕਬੀਰ ਮਾਏ ਮੁੰਡੂ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਕਬੀਰ ਜੀ ਕਹਿੰਦਾ ਜਿਹੜਾ ਗੁਰੂ ਭਰਮ ਨੂੰ ਨਾ ਗਵਾ ਸਕੇ ਆ ਬਾਬੇ ਨਾਨਕ ਦੇ ਲੈਵਲ 'ਤੇ ਬੜੇ ਗੁਰੂ ਬਣੇ ਆ ਸਤਿਗੁਰੂ ਰਾਧਾ ਸੁਆਮੀਏ ਨਾਮ ਧਾਰੀਏ ਸਾਰੇ ਨਿਰੰਕਾਰੀਏ ਇਹ ਦੇਹਾਂ 'ਚ ਸਾਰਾ। ਕਬੀਰ ਸਾਹਿਬ ਕਹਿੰਦੀ ਇਹਨਾਂ ਨੂੰ ਕੁਛ ਨਾ ਕਹੋ ਇਹਨਾਂ ਦੇ ਘਰ ਚੱਲ ਜਾਓ ਅਤੇ ਇਹਦੀ ਇਹਨਾਂ ਦੀ ਮਾਵਾਂ ਦਾ ਸਿਰ ਮੁੰਨ ਸਿੱਟੋ ਇਹਨਾਂ ਨੂੰ ਕੁਛ ਨਾ ਕਹੋ ਕਿਉਂਕਿ ਜਿੰਨੇ ਜੰਮੇ ਆ ਨਾ ਇਹੋ ਜਿਹੇ ਉਹ ਮਾਏ ਮੁੰਡੂ ਅਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਤੇ ਮਹਾਰਾਜ ਕਹਿੰਦੇ ਆ ਸਾਡਾ ਗੁਰੂ ਤੇ ਐਸਾ ਹੈ ਸੋ ਸਤ ਗੁਰ ਧੰਨ 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 ਜਿਨ ਪਰਮ ਗਾਇ ਜਦੋਂ ਮੈਂ ਵਾਹੋ ਵਾਹੋ ਕਿਹਾ ਗੁਰਮੰਤਰ ਦਾ ਜਾਪ ਕੀਤਾ ਸੋ ਸਤਿਗੁਰੂ ਫਿਰ ਵਾਹੋ ਵਾਹੋ ਕਹਿਣ ਦੇ ਨਾਲ ਮੇਰੇ ਭਰਮ ਨਹੀਂ ਟੁੱਟੇ ਮੈਂ ਤੇ ਰੱਬ ਨਾਲ ਜੁੜ ਗਿਆ। ਥੋੜ੍ਹਾ ਜਿਹਾ ਮੈਂ ਭਰਮ ਤੋੜਨ ਲਈ ਕੀਤਾ ਸੀ ਇਹਦੇ ਕਿਰਪਾ ਨਿਧਾਨ ਇਹਨੇ ਮੈਨੂੰ ਰੱਬ ਨਾਲ ਹੀ ਜੋੜ ਦਿੱਤਾ ਸੋ ਸਤਿਗੁਰੂ ਕੇ ਤੋੜੂਗਾ ਕਿੱਦਾਂ ਟੁੱਟੂਗਾ ਪਰਮਗੜ ਉਹ ਤੁਹਾਨੂੰ ਉਹਦਾ ਗਿਆਨ ਲੈਣਾ ਪੈਣਾ ਹੈ ਬਾਣੀ ਦਾ ਇਹ ਗੁਰ ਤੇ ਗਿਆਨ ਪਾਇਆ ਅੱਖਰ ਕਿਕਰਾਰਾ ਗੁਰ ਤੇ ਗਿਆਨ ਪਾਇਆ ਅੱਖਰ ਕਿਕਰਾਰਾ ਇਹ ਦੂਜਾ ਪਰਮਗੜ ਕੱਟਿਆ
ਦੂਜਾ ਭਰਮ ਗੜ ਕੱਟਿਆ ਮੋਲੋ ਅਹੰਕਾਰਾ ਏ ਦੂਜਾ ਭਰਮ ਗੜ ਕੱਟਿਆ ਮੋਲੋ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਵਸਿਆ ਹਰ ਕਾ ਨਾਮ ਮਨ ਵਸਿਆ ਏ ਗੁਰ ਸ਼ਬਦ ਵਿਚਾਰਾ ਏ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਏ ਸਭ ਸੱਚੋ ਸੱਚ ਵਰਤਦਾ ਸੱਚ ਸਿਰ ਜਨਹਾਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰ ਜਨਹਾਰਾ ਏ ਗੁਰਦੇ ਗਿਆਨ ਪਾਇਆ ਬਾਣੀ ਦਾ ਲੈਣਾ ਪੈਣਾ ਹੈ ਬਾਣੀ ਆਈ ਤਦੇ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਇਹ ਖੰਡ ਪਾਠ ਕਰਨ ਨੂੰ ਨਹੀਂ ਹੈ ਬਾਣੀ ਇਹ ਬਾਣੀ ਮੰਤਰ ਰੂਪ ਨਹੀਂ ਹੈ ਵੀ ਤੁਸੀਂ ਇਹਨੂੰ ਮੰਤਰ ਬਣਾ ਲਓ ਅਤੇ ਬਾਹਮਣਾਂ ਦੇ ਮੰਤਰ ਵਾਂਗੂ ਇਹਨੂੰ ਵੀ ਵੇਦਾਂ ਵਾਂਗੂ ਇਹਦਾ ਪਾਠ ਹੀ ਕਰੀ ਚੱਲੋ ਨੇਤਰੇਮ ਹੀ ਕਰੀ ਚੱਲੋ ਉਹ ਨਹੀਂ ਭਾਈ ਇਹ ਬਾਣੀ ਦੇ ਗਿਆਨ ਦੀ ਖੜਗ ਹੱਥ 'ਚ ਲੈ ਕੇ ਤੁਸੀਂ ਭਰਮਾਂ ਦੇ ਗੜ ਕੱਟਣੇ ਆ ਗੁਰ ਤੇ ਗਿਆਨ ਪਾਇਆ ਅੱਖਰ ਕੀ ਕਰਾਰਾ ਗੁਰ ਤੇ ਗਿਆਨ ਪਾਇਆ ਅੱਖਰ ਕੀ ਕਰਾਰਾ ਹਜ਼ਰਤ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਬਹੁਤ ਵੱਡੇ ਔਲੀਏ ਹੋਏ ਨੇ ਔਰ ਰਹਿਬਰ ਨੇ ਉਹਨਾਂ ਕੋਲੋਂ ਮੁਸਲਮਾਨਾਂ ਨੇ ਪੁੱਛਿਆ ਹਜ਼ਰਤ ਸਾਹਿਬ ਸਾਡੇ ਮੁਸਲਿਮ ਮਜ਼ਹਬ ਨੂੰ ਕੋਈ ਖਤਰਾ ਵੀ ਪੈ ਸਕਦਾ ਕਦੀ ਹਜ਼ਰਤ ਸਾਹਿਬ ਆਪਣੀ ਬਿਰਦੀ 'ਚੋਂ ਉੱਠੇ ਚਿਹਰਾ ਲਾਲ ਹੋਇਆ ਉਹਨਾਂ ਨੇ ਕਿਹਾ ਹਾਂ ਮੇਰੀ ਮੁਸਲਮਾਨ ਮਜ਼ਹਬ ਨੂੰ ਦੋ ਬੰਦੇ ਸਦਾ ਹੀ ਢਾ ਲਾਉਣਗੇ ਔਰ ਸਦਾ ਹੀ ਇਹਨੂੰ ਤਬਾਹ ਕਰਨ ਦੀ ਸੋਚਣਗੇ ਉਹਨਾਂ ਨੇ ਕਿਹਾ ਜੀ ਕਿਹੜੇ ਦੋ ਬੰਦੇ ਬਹੁਤ ਘੱਟ ਬੋਲਦੇ ਸੀ ਉਹਨਾਂ ਨੇ ਕਿਹਾ ਬੇ ਇਲਮ ਆਲਮ ਔਰ ਬੇ ਅਮਲ ਆਲਿਮ ਬੇ ਇਲਮ ਆਲਮ ਬੇ ਅਮਲ ਆਮਿਲ ਬੇ ਅਮਲ ਆਲਮ ਇੱਕ ਜਿਹੜਾ ਭਗਤ ਹੋਏਗਾ ਪਰ ਉਹਨੂੰ ਜੋ ਕੁਰਾਨ ਸ਼ਰੀਫ ਹੈ ਉਹਦੇ ਗਿਆਨ ਦਾ ਹੀ ਨਾ ਪਤਾ ਹੋ ਵੀ ਕੁਰਾਨ ਸ਼ਰੀਫ ਦੀ ਆਇਤ ਕੀ ਕਹਿੰਦੀ ਹੈ ਉਹ ਉੱਦਾਂ ਹੀ ਅੱਲਾਹੁ ਅਕਬਰ ਅੱਲਾਹ ਜਾਂ ਜੋ ਆਪਣੇ ਵੱਲੋਂ ਭਗਤ ਬਣ ਜਾਏਗਾ ਵੱਡਾ ਭਾਰਾ ਰੱਬ ਨੂੰ ਮੰਨਣ ਵਾਲਾ ਪਰ ਉਹ ਮੇਰੇ ਕੁਰਾਨ ਸ਼ਰੀਫ ਦਾ ਗਿਆਨ ਹੀ ਨਾ ਲਊਗਾ ਵੀ ਇਹ ਜਪਣਾ ਕਿੱਦਾਂ ਹੈ ਕੀ ਚੀਜ਼ ਹੈ ਦੂਸਰਾ ਉਹ ਜਿਹੜਾ ਕੁਰਾਨ ਸ਼ਰੀਫ ਦੀ ਵਿਚਾਰ ਹੀ ਕਰੀ ਚੱਲੇਗਾ ਅਤੇ ਨਾਮ ਕਦੀ ਰੱਬ ਅੱਲਾਹ ਦਾ ਜਪੇਗਾ ਹੀ ਨਾ ਦੋ ਬੰਦੇ ਹੈ ਉਹ ਕਿਹੜੇ ਹੈ ਭਗਤਹੀਣ ਗਿਆਨੀ ਅਤੇ ਗਿਆਨਹੀਣ ਭਗਤ ਆ ਜਿੰਨੇ ਸਾਧਾਂ ਦੇ ਟੋਲੇ ਤੁਰੇ ਫਿਰਦੇ ਆ ਸੰਤਾਂ ਦੇ ਆਪਣੇ ਵੱਲੋਂ ਇਹ ਸੰਤ ਬਣੇ ਆ ਪਰ ਇਹਨਾਂ ਨੂੰ ਗਿਆਨ ਬਾਣੀ ਦਾ ਜਿੱਦਾਂ ਬਾਬਾ ਨਾਨਕ ਕਹਿੰਦਾ ਨਾਮ ਜਪਣਾ ਜਾਂ ਨਾ ਇਹਨਾਂ ਨੂੰ ਕੱਖ ਨਹੀਂ ਪਤਾ ਇਲ ਦੇ ਥਾਂ ਕੁੱਕੜ ਨਹੀਂ ਪਤਾ ਬਾਣੀ ਕਹਿੰਦੀ ਕੀ ਹੈ ਇਹਨਾਂ ਤੋਂ ਬਹੁਤ ਖਤਰਾ ਸਿੱਖੀ ਨੂੰ ਸਦਾ ਹੀ ਰਿਹਾ ਹੈ ਦੂਸਰੇ ਹੈ ਪ੍ਰੋਫੈਸਰ ਗੰਗਾ ਸਿੰਘ ਅਰਗੇ ਜਿਹੜੇ ਐਡੇ ਐਡੇ ਵੱਡੇ ਲੈਕਚਰਾਰ ਹੋ ਜਾਣ ਅਮਰੀਕਾ 'ਚ ਜਾ ਕੇ ਪਤਿਤ ਹੋ ਜਾਣ ਜਾ ਕੇ ਉਹ ਬੰਦੇ ਲੈਕਚਰਾਰ ਉਹ ਪ੍ਰੋਫੈਸਰ ਬੁੱਧੀਜੀਵ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨਰਾਇਣ ਸਿੰਘ ਅਰਗੇ ਜਿਨ੍ਹਾਂ ਨਾਲ ਮਹਾਂਕੋਸ਼ ਆ ਜਿਨ੍ਹਾਂ ਨਾਲ ਲਿਖਿਆ ਸ਼ਬਦਾਰਥ ਜਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਗੁਰੂ ਬਾਣੀ ਦਾ ਟੀਕਾ ਕਰ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ ਅਤੇ ਪ੍ਰੀ ਫੇਸ 'ਚ 500 ਸਾਲਾਂ ਬਾਣੀ ਜਿਹੜੀ ਗੁਰੂ ਨਾਨਕ ਦੀ ਛਾਪੀ ਹੈ ਇਹਨਾਂ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਉਹਨਾਂ ਦੇ ਪ੍ਰੀ ਫੇਸ 'ਚ ਪ੍ਰੋਫੈਸਰ ਨਰਾਇਣ ਸਿੰਘ ਜੀ ਲਿਖਦੇ ਜੀ ਇੱਕ ਅੱਖਰ ਦੇ ਜਾਪ ਨਾ ਕੀ ਹੋ ਜਾਣਾ ਇੱਕ ਅੱਖਰ ਨੂੰ ਜਪੀ ਚੱਲੋ ਔਰ ਕਈ ਇੰਟਲੈਕਚ ਬੁੱਧੀਆਂ ਨਾਲ ਮਕੈਨੀਕਲ ਰੈਪੀਟੇਸ਼ਨ ਕਿਹਾ ਇਹਨੂੰ ਤੋਤਾ ਰਟਣੀ ਕਿਹਾ ਔਰ ਬੱਕਰੀ ਵਾਂਗੂ ਮੂੰਹ ਮਾਰਨਾ ਕਿਹਾ ਇਹ ਚੀਜ਼ਾਂ ਜਦੋਂ ਭਾਈ ਸਾਹਿਬ ਵੇਲੇ ਜੇਲ੍ਹ 'ਚੋਂ ਵਾਪਸ ਆਏ ਉੱਠੀਆਂ ਉਹਨਾਂ ਨੇ ਆਣ ਕੇ ਦੇਖਿਆ ਇਹ ਪ੍ਰੋਫੈਸਰ ਇਹ ਲੋਕ ਸਾਰਾ ਹੀ ਤਾਂ ਜੋ ਮਹਾਰਾਜ ਨੇ ਜੜ੍ਹਾਂ ਹੈ ਇਹਨਾਂ ਦੇ ਉੱਤੇ ਕੁਹਾੜਾ ਫੇਰ ਰਹੇ ਨੇ ਵੀ ਇਹ ਨਾਮ ਜਪਣਾ ਜੀ ਇਹ ਬੱਕਰੀ ਵਾਂਗੂ ਮੂੰਹ ਮਾਰਨਾ ਹੈ ਮਕੈਨੀਕਲ ਇਹਦਾ ਕੀ ਫਾਇਦਾ ਫਿਰ ਉਹਨਾਂ ਨੂੰ ਪਹਿਲੀ ਕਿਤਾਬ ਲਿਖਣੀ ਪਈ ਗੁਰਮਤਿ ਨਾਮ ਅਭਿਆਸ ਕਮਾਈ
उस वेले मैं FSC च पढ़ता सी लाहौर, जदों ये पहली किताब छपी तो मैं पढ़ी। इस सारिया चीज़ा जहूर च क्यों आदिया, क्योंकि ये जड़े लोग होंगे है ये प्रोफेसर प्रोफेसर साहब सिंह भी लख लख गेड़ा आखिया, एक नाम जगदीश एदा टीका लिख रहे ने, ये कीड़ी चाल है, जिदा कीड़ी तुर पे तो कह दे मैं आकाशा च पहुँच जावा। ओ भाई कीड़ी वो असी पिछे टेपा च निखेर आए हाँ भी ये किन्ना कबीर कीड़ी चाड़नी है, ये है कबीर हर है खांड रेत में बिखरी, हाथी चुनी ना जाए कहो कबीर गुर भली बजाई चीटी होके खाए। हाथी दी सुंड नहीं रेत चों खंड चुग सकेगी, एक कीड़ी बन जा नीवा बन जा गरीब बन जा सारे दाने खंड दे रेत चों चुक के लै जाएंगे। इस करके इन्हों उच हद्दी वैणा जां साडी बाणी दे उहदे अर्थ करी जांदे ने, अंदरों बिल्कुल कोरे ने और कोई नाम जपण वाले नहीं है। इन्हां तों सब तों ज़्यादा खतरा सिखी नूं क्यों हो रहा, क्योंकि सारे नौजवानों के ब्रेन वाश आउट हो रहे हैं। वो कहते चंगा सिख बनो नेक काम करो सा, ये नाम जपण दी की है की थ्यूरी बाबे ने। और हालांकि देखा जाए तो सारी बाणी की सारे दस गुरु इस चीज़ नूं लग पए की कहन, जन नानक गुर सिख पंथ हारे जग पियो हार निस्तारिया, जन नानक गुर सिख पंथ हार जग पियो हार निस्तारिया। तां बाणी दा शब्द ज्ञान लैण दी लोड़ है। आ जिहड़ी हुण असीं गात्रे कृपाना एक ककौर पाई फिरदे आ, इन्हां नाल सिक्खी नहीं बचनी। इस वेले ज्ञान दे शस्त्र दी लोड़ है। गुर ते ज्ञान पाया अत खड़ग करारा, खड़ग संजो हर भगत है, खड़ग संजो हर भगत है। दोवां गुरुआं ने शस्त्र चके हो भी उदू जदू चुकारा धामा हीलते दरगुजस्त हलोलस्त बुरदन बशमशीरे दस्त। पंजवीं पातशाही नूं तत्ती तवी उत्ते रोस्ट कर दिता गया, भुन सिटिया गया। छेवीं पातशाही उठी, उन्हां दा हक सी शस्त्र चके, मूर्ख गंढ पवे मूँह मार क्योंकि बाबे नानक नाहीं। वो शस्त्र घड़े सी जिहड़े कि छेवीं पातशाह ने चक्किया, उहदा लोहा सपात उहदी जिहड़ी धात सी ये गुरु नानक ना घड़ी है शब्दां राहीं भी मूर्ख गंढ पवे मूँह मार। मूर्ख नूं मूर्ख की बोली च समझाउणा पैंदा है, होर मूर्ख नूं समझाउण दा कोई तरीका नहीं। समझा चुके सारे गुरु पहले पंज और ना मनिया। छेवीं पातशाह ने शस्त्र चके, उत्थों बाद उन्होंने हुक्म कर दिता गुरु हर राय साहब नूं भी भाई शस्त्र ना हुण चक्यो, शस्त्र रखियो जरूर। 2200 घोड़सवार सदा ही गुरु हर राय साहब दे नाल रहिंदे सी कीरतपुर साहब। वो फिर सारे अखीर तक हुंदिया होया सब कुछ गुरु तेग बहादुर साहब दा गला ला सिटिया गाटा ऐसे चांदनी चौक च, मतीदास दे दुफाड़ कर सिटे और भाई दयाले जी नूं देग च भुन सिटिया, वाल सिटिया आलू वांगू, दयाले नूं रूं च बन्न के सार सिटिया। ये सारे इत्थे चांदनी चौंक च ही होए। उत्थों बाद फिर चक्की फिर श्री साहब दसम पातशाह ना, हुण वेला नहीं है, हुण ते दुनिया च नहीं हथियार कोई चल सकदा। हुणे जे ईरान ते नाल जिहड़ा मुल्क है जी इराक की जी लड़ाई हुई अमेरिका च, मैं उत्थे सी, मेरे दोस्त डॉक्टर इराक च गए उन्होंने लड़ाई च, उन्होंने आन के दस्या कहिंदे भाई साहब जी उत्थे दे लोग ते लड़ाई तो बाद घर घर कंबल लग पए ने। कहिंदे क्यों? वो कहिंदे ओ इन्हां लड़ाई ना करो, इन्हां नाल ना किते खैबर लै लियो अमरीकनां नाल, इन्हां ते बंबां नूं भी अखां लगियां, बंब ऐसे है जिहड़ा अखां लभ के आए उसे तरह जांदे ने। लेटैसट हथियार दसम पातशाह कल दुनाली बंदूक आई, लियाने वाले ने छाती ना ला रहा, कहिंदा लिया भाई लिया, मैं इनू टेस्ट करा,
लेटेस्ट हथियार ना प्यार करते, असी तो 500 साल पिछे सुट रहे गुरु गोबिंद सिंह साहब ने। उन्हों का मतलब सी हथियार वरतो, इस वेले तो अटोमिक और यहोजे न्यूकलियर वैपन की लोड़ है, सारा कुछ है, सर रखो हथियार बेशक, पर हथियार रखो ना कि बामण वांगू जनेऊ पा लो गल दे विच। महाराज दया असी कोई ज्ञान लेना है भी उन्होंने दसा दसम पातशाह तो बाद हुण वेला नहीं, हुण तो दुनिया च लड़ाई नहीं होनी। वो जदों का एक लेटेस्ट हथियार निकलिया, ऐसा एटम बंब मारिया जापान थे, दुनिया थर थर कंब रही है, हुण ना लड़ाई होनी नहीं है दुनिया च। हुण को रब की मेहर ऐसी है, ऐसा नास्तक मुल्क रशिया थोड़े जे महीनों के सब खां देखते देखते खत्म हो गए। लड़ना कहना हुण तो एक मुल्क दूसरे मुल्क ते कब्जा नहीं कर सकता, अकाल पुरख का हुक्म ऐसा। इस करके वेव्स ऐसी डेमोक्रेटिक वेव चल रही, कोई राज नहीं किसी का होएगा, अभी फिर नारा राज करेगा खालसा, ना ए बाणी ना ए पता। वो भाई नानक राज चलाया सच कोट स्तानी नीम दे, साडे कोल ते अगे ही राज है, वो राजा होए हलीमी राज जी। साडे कोल गरीबी है सब तो वड्डा राज, गरीबी गदा हमारी खन्ना छन्ना खन्ना सगल रेन छारी, तिसे आगे को टिके ना बेकारी, ए गल गुर पूरे सारी। पूरे गल ना तो गुरे ने तत् की वस्तु धारती भी सब तो वड्डा हथियार है गरीबी हंबलनैस। इस करके साडे कोल सब तो वड्डा हथियार महाराज ना भरमां नूं कट्टण वाला सब कुछ, वह कहदे ना कटाउणे है, वह कटाउणे है भगती नाल। सतगुर का खड़ग संजो हर भगत, काल नू मार सकदे तुसी, काल नू आ मार दे कट के, जित काल कंटक मार बिडारिया, जित काल कंटक मार बिडारिया, हर सतगुर का खड़ग सजा हर भगत। मुंडू तिस गुरु की जाते भरम न जाए, साढ़े को एडा वड्डा ज्ञान है 1429 सफे च, जे ऐदा शब्द विचार लीए की बजा ले जिंदगी ज असी पार उतारा ना साडा हो सके। सो महाराज कह रहे ने कि दोवे बंदियां तो खतरा हो, एक तो जिहड़ा शब्द का ज्ञान ना लैणगे, और जे ज्ञान भी लैणगे तो उहदे उल्टे ही मतलब कढ लैणगे। असी ये भेखधारी का क्यों लै रहे हैं, ये शब्द क्यों लिया है, क्योंकि कई मैनू पुछ चुके है जी वह जड़ा सदना सी उन्हें भी तो पे वो निरपकन्या के कारण एक भैओ भेखधारी, असी सिखी का जे भेखधार लिया तो साड़ी और रख्या ना करूँगा, वो तुम कितने कुड़िया के दुआले फिरन डे हो। ये शब्द की ओट लैके वो सारे ही भेखी जड़े है वो इस शब्द की ओट लेंदे, वो शब्द नूं समझण दी कोशिश करो। सदना जी उन्होंने कहदे लई लिख रहे ने, कह रहे ने ते रब दी सिफत दस रहे ने भई कोई पापी तू पापी बंदा भी भेखधारी तू भी सारा वह सभना ते जदों दयाल होण लगा दयाल हो जांदा। वह कहिंदे जी वह फिर जे इहो जिहा हो जाए ना भी महाराज भाई नाम जप के सब कुछ होना है, उदां रब ना कुछ नहीं करना, तुसीं नाम जपोगे तां तुहाडे पाप दूर होणगे। बारला भेख असी सवेर की शब्द चौंकी च कट्टे आए हैं भी जड़ा भेख है सिखी च भेखी प्रभु ना भेख नहीं, और जड़ा भेख सिखी च कर रहे ने पंज प्यारे भी भेख कर रहे ने, वो सीधे पदरे गृहस्थी ड्रैस के विच भी खंडे की पौल तैयार कर सकते ने, और राम लक्ष्मण अंग जरूरी दशहरे के जलूस कढ़ना भी हो पंज प्यारे हो पंज प्यारे ही सी, उन्हां दा जलूस ना कढ़ो। आम पंज सिंह नाम जपन वाले सीधी जी ड्रैस के अपना खंडे की पौल दे सकते हैं, असी किदा कह सकते उन्होंने जी तुम दशहरे रामचंद्र जलूस कढ़ते हो अपने का असी घट कढ़ते हैं, पंज प्यारे से।
इस करके सवेर की शब्द चौंकी च अं नखेर आए हैं। ये शब्द असी लै रहे हाँ गांह ये तो क्रिटिसिजम हो रही है भई जी महाराज ने बाणी च जे भेख मना किया तो आ शब्द क्यों नहीं क्लीयर हों पे निरप कन्या के कार ने शब्द चू ये पुछो भी जे सदना उधर गया सी रब ने उहदे ते मेहर कीती सी ते उन्हें कसाई पुणे का काम जारी रखिया कि छड़ दिता सी। जे कह दिए जी महाराज देखो जी कसाइया ते भी मेहर हो जाती है इस करके मैं ते कसाई का काम करी जाना नहीं। महंक साबे छुरी सत पाई ए महंक साबे छुरी सत पाई ओ मारी बगा के सुरी कहंदा मैं नहीं है मैं हण भगती करेंगे है जे रब जेडे मेरे अर्गे पापी ते भी दयाल हो सकदा है एडे मैं पाप कीते घणे और मैनू आकाश बाणी आई मैं नहीं ये कम करदा हां। इस करके जे सदना उधरिया है तो उन्हें वो काम जारी नहीं रखिया। जे आप एकतारी मुंडा सारा उधर रहा सी इन्हें भी फिर छड़ दिता सब कुछ ऐसा रब जी मेरे भी रह गया वह भी भगत बन गया। इस करके ये शब्द तू गां होर सीधा मिलदी है तब गुण कहां जगत जल कारने चात्रिक दुख पावे एक बूंद कारने चात्रिक दुख पावे प्राण गए सागर मिले कामना क्या सदने जी क्या कमाल दा धारण दें कहते बबिया बिलक बिलक जसू मारी जाऊगा फिर ही तू बौड़ेगा कैसा तान है रब ते कैसा तान की गल है। कहते बबिया पी कहां वह कह 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 मारी जाऊगा वह बूंद नू बिलक रहा पा परा वे मूह च बूंद है। इस करके महाराज कहते एक बूंद जल कारण ही चात्रक दुख पावा कहते नहीं सिखना ये शब्द राही जींदे जी सब कुछ लेना मरण तो बाद नहीं इतवार करना रब दा ऐसा ताने शब्द भी जो लो इत्थे लो जींदे जी लो मरण तो बाद मिलिया तो सानू की मिलिया। इस करके जीवन मुक्त होना जीवन मुक्त सो आखिए मर जीवे मरी। इस करके जीवन मुक्त दी जुगती इस शब्द च दस रहे ने भी जींदे जी रब को सब कुछ लो है सामने बड़ा कृपालू है। इस करके जे बबीहा पी कहां चात्रक बूंद नू उसनू जल मारी गया फिर तू लिया के लागे सागर खड़ा कर दिता एक बूंद की जगह तू कह ला तेरे लिए दरिया दिता तू ओदी लोथ पई है बबीए दी ते तू लागे दरिया बहारिया वह कहना मैं ए दरिया नू की करना ईदों बाद तंबे नू फूकना ईद वेले चिट्टा तंबा बनते है ईद ही निकल गई तो मगरों तंबा बनी फिरे साढ़े पिंडी थाई कहावत है ईदों बाद तंबा फूकना। महाराजा रणजीत सिंह के दरबार च ना महाराजा साहब सदा ही दाढ़ी खुली रखते सी बड़ी चिट्टी सोहनी दाली दाढ़ी सी और
अपनी फौज ऑर्डर किया सी भी हर एक दी जिहड़े फ्रांसीसी तोपखाने आर्टिलरी दे इंचार्ज ने जनरल वंतूरा और दूसरे फ्रांसीसी जरनैल इन्हां नूं मैं नौकरी तां दांगा जे दाड़ियां खुल्लियां रखन और दाड़ी वधा के रखन उत्ते सिर दे जो मर्जी पाउण पर मैनूं दाड़ी दिसणी चाहीदी। उन्हें दरबार च एक रतन चंद दाड़ी वाला होया वह हिंदू सी पर उहदी दाड़ी एड्डी लंबी सोहणी चिट्टी सी महाराज उहदी फोटो हली तक लाहौर किले च रखी है रतन चंद दाड़ी वाला तो उहदे खानदान हैगा। वह रतन चंद दाड़ी वाला पग अंदरों तो मोना सी पर उत्तों दाड़ी पग बन के दाड़ी एड्डी लंबी सी महाराज ना उन्हूं खरे किन्ने पाउंड जां रुपए हफ्ते दे दही खरीदण लई ते लस्सी जां तेल खरीदण लई उहदा अलाउंस रखिया सी भी रतन चंद तेरी दाड़ी जिन चक्कर रहा सी सोहणी है ते ओ हिस्ट्री च आउंदा उत्थे उहदी फोटो भी मैं देखी और ओ लाहौर उहदा नां रतन चंद दाड़ी वाला सी। हुण महाराज दी सारियां फौजां दे दाड़ी हुंदी सी सारे जनरल वंतूरा फ्रांसीसी फॉरन जिन्ने भी सरे रखे सी आर्टिलरी दे इंचार्ज उहनां दे सब दे दाड़ी रखणी पैंदी सी। ओ महाराज दे दरबार च ने इक वारी वलैत तों बहुत आला एक अतर दी शीशी ले आया एडी क ओ अतर दी शीशी उत्तों बहुत सोहणी हुंदी है ते अंदर एडा खुशबूदार अतर उन्होंने ना वलैत तू आए उन्होंने मिलन को महाराजा पंजाब क्योंकि सतलुज तू परे परे अंग्रेजा का राज सी ते इधर सतलुज तू बाद फलौर ए सारे ओ जाके पठाना दे मुल्क तक के सिख राज सी। उहदे दरबार च लाहौर आए उन्होंने भेटा की महाराज आ देख अतर है किड्डा सोहणा महाराज ने ना महाराज रणजीत सिंह दी अख एक सी वह कितने खोलन लगे ना एक ड्रॉप थले डिग पिया वो जिसले थले ड्रॉप डिग पिया उन्हें चुक के ना दाड़ी भी ला लिया। वो अंग्रेज हसन लाते कहते कैसा कंजूस महाराजा ये ड्रॉप डिग पिया एक तो इन्हें दाड़ी नू ला लिया। महाराजा नू पता लग गया उन्हें कहना वो कहते तुहाडे कोल किन्ना कातर है होर मंगाओ उन्हें कि जो बड़ा जिहड़ा भांडा सी होर अतर वाला सारा लैके खरीद लिया कहना मेरे दरबार च हाथी लियाओ तो कह लगे हूँ ये सारे अतर न हाथी अतर ना नला दौ फट के एक ही अंग्रेज समझ वो महाराज कह ला वो अंग्रेज असन कहते वेला तो लंघ गया हूँ मगरों तू हाथी भावें नला रहा तो वह सदना जी हूब वह चीज लिखते ने वो कहते ने एक बूंद जल कार ने चात्रिक दुख पावे एक बूंद जल कार ने चात्रिक दुख पावे हे प्राण गए सागर मिले सुनने काम ना आवे हे प्राण गए हे सागर मिले थके फिर नहीं कैसे फिर प्राण जो थके फिर नहीं कहते आह इत्थे भजन की झलक वजदी है इस शब्द सदना जी कहते मैं की करा मेरा मन नहीं थिर मन नहीं खड़ोना तो कख नहीं प्राप्ति इस करके हे अकाल पुरख ये मरण तो बाद ही इनू खड़ा करेंगा कितने जींदे जी भी ये झलका मार दे भी मेरा मन है मीन की चपल स्यों जुगते मन राखिए उड़े ना हंस न कंध छिजे। महला पहला वो कहिंदा मन की हालत की हुंदी है जिदा पारा तली ते रख दो ते थरकदा रहिंदा जिहड़ा मन है जिदा एक शीशे दे भांडे मर्तबान च वड्डे च पानी दे विच एक मच्छी छड़ दे ओ हदा हिलदी रहिंदी है इनू कहिंदे मीन की चपल सी मीन कहिंदे मच्छी चपल कहिंदे उन्हूं हिलना चंचल चपल बुद्ध का खेल। इस करके जिहड़ा बाबे नानक दा शब्द है बड़ा डूंगा और एक शब्द दे विच कई वारी तुक दे रहे ने भी अपने मन नूं फड़ो इनू थिर करना सिखो इस शब्द दे विच डूंगी तुक
ਸਦਨਾ ਜੀ ਦੇ ਰਹੇ ਨੇ। ਉਹ ਕਹਿੰਦੇ ਮੀਨ ਕੀ ਚਪਲ ਸਿਉਂ ਕੋਈ ਜੁਗਤ ਕਰ, ਜੁਗਤੇ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਛਿੱਜ। ਜੇ ਤੇਰਾ ਮਨ ਉੱਡ ਉੱਡ ਬਾਹਰ ਜਾਏਗਾ ਤੇਰਾ ਜਿਸਮ ਕਮਜ਼ੋਰ ਹੋ ਰਿਹਾ ਹੈ। ਬੜੀ ਵੱਡੀ ਡੂੰਘੀ ਬ੍ਰਹਮ ਗਿਆਨ ਹੈ ਬਾਬੇ ਨਾਨਕ ਦਾ। ਉਡੇ ਨਾ ਹੰਸ, ਇਹ ਮਨ ਹੰਸ ਵਾਂਗੂ ਉੱਡ ਕੇ ਬਾਹਰ ਨਾ ਜਾਏ। ਜੇ ਅੰਦਰ ਰਹਿਣਾ ਸਿੱਖ ਜਾਏਗਾ ਤੂੰ ਸਦਾ ਲਈ ਸਿਹਤਵਾਨ ਹੋ ਜਾਏਗਾ, ਤੂੰ ਤੰਦਰੁਸਤ ਰਹੇਗਾ। ਕਿਉਂਕਿ ਗੁਰਮੁਖ ਬੁੱਢੇ ਨਾਥੀਏ ਜਿਹਨੇ ਅੰਦਰ ਸੁਰਤ ਗਿਆਨ, ਸ਼ਬਦ ਦੀ ਸੁਰਤ ਜੋੜਨਾ ਸਿੱਖੋ ਔਰ ਗਿਆਨ ਲੈਣਾ ਕਰੋ। ਅਮਰਦਾਸ ਸਾਹਿਬ 100 ਸਾਲ ਤੱਕ ਜੀ ਕੇ ਸਰਟੀਫਾਈ ਸਲੋਕ ਦਿੰਦੇ ਨੇ ਵੀ ਗੁਰਮੁਖ ਬੁੱਢੇ ਨਾਥੀਏ ਜਿਨ ਅੰਦਰ ਸੁਰਤ ਗਿਆਨ। ਬਾਣੀ ਦਾ ਗਿਆਨ ਵੀ ਲੈਣਾ ਔਰ ਸ਼ਬਦ ਸੁਰਤ ਦੀ ਖੇਡ ਵੀ ਸਮਝਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਸੁਰਤ ਬਾਹਰ ਜਾਂਦੀ ਰਹੀ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਦਿਨ ਬ ਦਿਨ। ਉਡੇ ਨਾ ਹੰਸ ਨਾ ਕੰਧ ਛੀਜੇ, ਕੰਧ ਕਹਿੰਦੇ ਸਰੀਰ ਨੂੰ, ਛੀਜੇ ਕਹਿੰਦੇ ਡਿੱਗਣ ਨੂੰ, ਥਾਂ ਕਮਜ਼ੋਰ ਹੋਣ ਨੂੰ। ਕਹਿੰਦੇ ਕੀ ਕਰ, ਮੀਨ ਕੀ ਚੱਪਲ ਸਿਉਂ ਜੁਗਤੇ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਛੀਜੇ। ਆਹ ਜੁਗਤ ਸਿੱਖ ਬਾਬੇ ਨਾਨਕ ਦੀ ਨਾਮ ਜਪਣ ਦੀ ਵੀ ਮਨ ਥਿਰ ਰਹਿ ਜਾਏ। ਔਰ ਉਸੇ ਅੱਗੇ ਫਿਰ ਮਹਾਰਾਜ ਉਸ ਜਗਤ ਗੁਰੂ ਬਾਬੇ ਨਾਨਕ ਅੱਗੇ ਬੇਨਤੀ ਕਰ ਰਹੇ ਨੇ ਸਾਧਨਾ ਜੀ, ਉਹ ਪ੍ਰਾਣ ਜੋ ਥੱਕੇ ਫਿਰ ਨਹੀਂ, ਮਾਵਾਂ ਸਵਸਥ ਆਥੇ ਬਾਣੀ ਬਰਮਾਓ ਸੱਤੇ ਸੁਹਾਨ ਸਦਾ ਮਨ ਚ। ਮੈਂ ਕਿੱਦਾਂ ਰਹੀ ਜਾਵਾਂ, ਉਹਨੂੰ ਕਿੱਦਾਂ ਬਰਮਾਵਾਂ, ਕਿੱਦਾਂ ਉਹਨੂੰ ਪਾਵਾਂ, ਕਿਉਂ ਮੇਰਾ ਮਨ ਤੇ ਥਿਰ ਨਹੀਂ ਹੈ। ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ। ਅੱਛਾ ਵੀ ਇੱਕ ਬੰਦਾ ਉਹ ਡੁੱਬ ਜਾਂਦਾ ਦਰਿਆ 'ਚ, ਉਹ ਜਦੋਂ ਡੁੱਬ ਗਿਆ ਉਹਦੇ ਲਾਗੇ ਬੇੜੀ ਲਿਆ ਕੇ ਖੜੀ ਕਰ ਦੋਗੇ ਲੋਥ ਦੇ, ਉਹਦੇ ਕੋਈ ਕੰਮ ਆਊ ਬੇੜੀ? ਨੌਕਾ ਕਹਿੰਦੇ ਬੇੜੀ ਨੂੰ, ਅਤੇ ਬੂਢ ਮੂਏ ਕਹਿੰਦੇ ਡੁੱਬ ਮਰਨ ਨੂੰ। ਮਿਲੇ ਨੌਕਾ ਮਿਲੇ ਕਹੋ ਕਾਹੇ ਚੜਾਵੋ, ਲੈ ਚਾੜ ਲੈ ਲੋਥ ਨੂੰ। ਹੁਣ ਸਦਨਾ ਕਹਿੰਦਾ ਜਦੋਂ ਮੈਂ ਮਾਰੀ ਜਾਵਾਂਗਾ ਫਿਰ ਹੀ ਮੇਰਾ ਮਾਨ ਖੜਾ ਕਰੇਗਾ। ਕਹਿੰਦਾ ਮੇਰੇ ਜੀਦੇ ਜੀ ਕਰਕੇ ਦੱਸ, ਤਾਂ ਮੈਂ ਤੈਨੂੰ ਜਗਤ ਗ੍ਰਹਿ ਕਹਾਂ। ਇਸ ਕਰਕੇ ਤਾਣ ਨਾ ਕਹਿ ਰਹੇ ਨੇ, ਤਾਣ ਨਾ ਕਹਿ ਰਹੇ ਨੇ ਭਈ ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ, ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਓ। ਬੂਡ ਮੂਏ ਨੌਕਾ ਮਿਲੇ ਮੇਰਾ ਕੋਈ ਜ਼ਰ ਨਹੀਂ, ਮੈਂ ਬਾਹਾਂ ਖੜੀਆਂ ਕਰਦਾ, ਮੈਂ ਨਹੀਂ ਇਹ ਸਭ ਕੁਛ ਤੋਂ ਹੀ ਕਰਨਾ। ਹੁਣ ਮੈਂ ਨਾਹੀ ਕਛ ਹਾਂ ਨਹੀਂ ਕਛ ਆਏ ਨਾ ਮੋਰਾ, ਸਰੇ ਲੱਜਾ ਸਦਿਲ ਨਾ ਜਨ ਤੋਰਾ, ਸਿਰ ਲੱਜਿਲ ਨਾ ਜਨ ਤੋਰਾ। ਇਹ ਨਿਰਪ ਕੰਨਿਆ ਕੇ ਕਾਰਨੇ ਇੱਕ ਪੈਓ ਪੇਖਦਾਰੀ, ਨਿਰਪ ਕੰਨਿਆ ਇੱਕ ਭੇਖ ਦਾ ਨੰਗਾ ਰੂਪ ਦੇਖੀ ਜਿਹੜਾ ਕਬੀਰ ਜੀ ਉਹਨੇ ਉਲੀਕਿਆ ਹੈ। ਉਹ ਕਹਿੰਦੇ ਵਾਹ ਵੀ ਵਾਹ, ਮੱਥੇ 'ਤੇ ਤਿਲਕ ਲਾਏ ਆ ਚੰਦਨ ਦਾ, ਹੱਥ 'ਚ ਮਾਲਾ ਫੜੀ ਹੈ ਤੁਲਸੀ ਦੀ, ਹੱਥ 'ਚ ਮਾਲਾ ਹੈ ਭਾਵੇਂ ਤੁਲਸੀ ਦੀ ਸਮਝ ਲਓ, ਭਾਵੇਂ ਸਰਬਲੋ ਦੀ ਸਮਝ ਲਓ, ਜਾਂ ਨਾਮਧਾਰੀਆਂ ਵਾਲੀ ਉੱਨ ਦੀ ਮਾਲਾ ਸਮਝ ਲਓ, ਪਰ ਸਾਡੀ ਮਾਲਾ ਕੀ ਹੈ? ਹਾਰੇ ਹਾਰੇ ਅੱਖਰ ਦੋਏ ਹੈ ਜਪ ਤੇ ਜਪਤ ਭੈ ਦੀਨ ਦਿਆਲਾ, ਹਾਰੇ ਹਾਰੇ ਅੱਖਰ ਦੋਏ
दीन ते दयाल जिहड़ा हुंदा जिहदे असीं आ करैक्टर्स उलीक आए हाँ पिछे कृपा निधान प्रीतम परम मेरे वह भेख ते नहीं दयाल होना उस माला ते नहीं उन्हें दयाल होना उन्हें कर ते दयाना हाँ जपत जपत शब्द लै चुकी हैं कल दी चौंकी च बाबे नानक दी माला की सी हर जप जाप जप जप माली हर जप जाप जप जप माली गुरमुख आवे साध माना गुरमुख जल जाओ जीवन नाम बिना जल जाओ जीवन नाम बिना जल जाओ जीवन नाम बिना देख ए पेखा दे उत्ते तेरा ते जीवन सड़दा जा रहा नाम बगैर बाबा नानक कह रहा ओए ओ माला पा हर जप जप जपो जप माली हर जप जप जपो जपो माली ओए बार माला मूला पा के ना हिंदू बन लोगे ने राम खिलाना तिलक हाथ माला बाना माथे तिलक हाथ माला बाना बाना आ हुणे जे आ खास करके संत जरनैल सिंह जी पिंडरां वालिया ना कई टेपां च रिकॉर्ड हो चुकी चीज जी बाणी भी है ते सिख नूं बाणा भी ते पाणा चाहिए ना दोनों चीजां प्रधान है बाणी ते बाणा आ महाराज ने जुलूस कढ़ दिता बाणे दा माथे तिलक हथे माला बाना माथे तिलक हथे माला बाना ए मां राम खिलौना जाना लोगन राम खिलौना जाना वाह भी वाह बड़ा चीप चीप टेस्ट चीप रास्ता कढ़ लिया रब नू मिलनी लोगन राम खिलौना ਅਸੀਂ ਆਪ ਕਰਦੇ ਰਹੇ ਹਾਂ ਹੁਣ ਬੇਨਤੀਆਂ ਕਰਦੇ ਰੱਬ ਕੋਲੋਂ ਅਸੀਂ 30 ਸਾਲ ਇਹ ਸਭ ਕੁਛ ਕੀਤਾ ਪਰ ਹੁਣ ਸ਼ਬਦਾਂ ਦੀ ਸਮਝ ਆਈ ਭਈ ਕਿਉਂ ਚੀਜ਼ ਕੀ ਹੁੰਦੀ ਹੈ ਅੰਦਾ ਆਗੂ ਸਾਥ ਮੁਹਾਵੈ ਅੰਦਾ ਆਗੂ ਸਾਥ ਮੁਹਾਵੈ ਅੰਧਾ ਆਗੂ ਆਗੂ ਅੰਨਾ ਹੋਵੇ ਜਥੇਦਾਰ ਜਾਂ ਜਿਹਦੇ ਮਗਰ ਲੱਗੇ ਹੋਵੇ ਉਹ ਕਹਿੰਦੇ ਸਾਰਾ ਸਾਥ ਲੁੱਟਿਆ ਜਾਊਗਾ ਸੰਗੀ ਸਾਥੀ ਵੀ ਲੁੱਟੇ ਜਾਣਗੇ ਬਾਬੇ ਨਾਨਕ ਦੀ ਤੁਕ ਹੈ ਅੰਨਾ ਆਗੂ ਸਾਥ ਮੁਹਾਵੇ ਮੁਹਾਵੇ ਕਹਿੰਦੇ ਲੁੱਟੇ ਜਾਣ ਜਿਹੜੇ ਵੀ ਉਹਦੇ ਸਾਥੀ ਹੋਣਗੇ ਇੰਨੇ ਆਗੂ ਦੇ ਆਗੂ ਕਿਹਨੂੰ ਕਰਨਾ ਸ਼ਬਦ ਗੁਰ ਪੀਰਾ ਗਹਿਰ ਗੰਭੀਰ अन्ना आगू साथ मुहावे अन्ना आगू साथ मुहावे ए लोगन राम खिलौना जाना लोगन राम खिलौना जाना ए माथे तिलक हथे माला बाना माथे तिलक हथे माला बाना
ਕਬੀਰ ਜੀ ਹੁਣ ਰਹਾਉ ਦੀ ਤਕਚਾਰੀ, ਉਹ ਕਹਿੰਦੇ ਮੇਰਾ ਇਹਨਾਂ ਨੇ ਮਰਮ ਕੀ ਸਮਝਣਾ ਹੈ, ਮੇਰਾ ਕੀ ਇਹ ਭੇਦ ਸਮਝ ਸਕਦੇ ਨੇ, ਮੈਂ ਤੇ ਬੌਰਾ ਹੈ ਰੱਬ ਦੇ ਨਾਂ ਦੇ ਉੱਤੇ। ਜਾ ਹਾਂ ਬੌਰਾ ਤੋ ਰਾਮ ਤੋ, ਜਾ ਹਾਂ ਬੌਰਾ ਤੋ ਰਾਮ ਤੋ। ਮੈਂ ਤੇ ਪਾਗਲ ਹੈ ਤੇਰੇ ਪਿੱਛੇ, ਮੈਂ ਤੇ ਮੈਂ ਤੇ ਇੰਨਾ ਇਸ਼ਕ ਤੇਰੇ 'ਚ ਫਸ ਚੁੱਕਾ ਹੈ, ਇਹ ਕਿਨੇ ਹੀ ਆਸ਼ਕੀ ਦੂਜੇ ਲੱਗੇ ਜਾਏ, ਮੈਂ ਤਾਂ ਕਿਸੇ ਹੋਰ ਦੂਜੀ ਚੀਜ਼ ਨਾਲ ਲੱਗਣ ਨੂੰ, ਨਾਮ ਤੋਂ ਬਗੈਰ ਕੁਛ ਨਹੀਂ। ਮੈਂ ਤਾਂ ਤੇਰਾ ਆਸ਼ਕ ਹੈ, ਪਰ ਮੈਂ ਬੌਰਾਂ, ਲੋਕ ਮੈਨੂੰ ਪਾਗਲ ਕਹਿੰਦੇ ਆ, ਪਰ ਮੈਂ ਕਹਿੰਦਾ ਜੇ ਮੈਂ ਪਾਗਲ ਹੈ ਤਾਂ ਤਾਂ ਮੈਂ ਤੇਰਾ ਹਾਂ। ਸੋ ਜਾ ਹਾਂ ਬੌਰਾ ਤੋ ਰਾਮ ਤੋ, ਜਾ ਹਾਂ ਬੌਰਾ ਤੋ ਰਾਮ ਤੋ। ਇਹੋ ਜਿਹੇ ਕਬੀਰ ਜੀ ਉਹ ਭਗਤ ਦਾ ਗੁਰੂ ਦੇਖੋ ਕੀ ਕਹਿ ਰਿਹਾ, ਕੋਈ ਆਖੇ ਭੂਤ ਨਾ, ਕੋਈ ਆਖੇ ਭੂਤ ਨਾ, ਇੱਕੋ ਕਹੇ ਬੇਤਾਲਾ, ਇੱਕੋ ਕਹੇ ਬੇਤਾਲਾ, ਇਹ ਜਾ ਹਾਂ ਬੌਰਾ ਤੋ ਰਾਮ ਤੋ, ਹੈ ਜਾ ਹਾਂ ਬੌਰਾ ਤੋ ਰਾਮ ਤੋ। ਲੋਗ ਮਰਮ ਕਹਿ ਜਾਣੇ ਮੋਰਾ, ਲੋਗ ਮਰਮ ਕਹਿ ਜਾਣੇ ਮੋਰਾ। ਰਹਾਓ, ਇਹ ਦਾਸ ਦੀ ਹੱਡੀ ਬੀਤੀ ਚੀਜ਼ ਹੈ ਭਈ। ਜਦੋਂ ਦਾਸ ਤੇ ਮੈਂ ਤਾਂ ਬੜੀ ਕਿਰਪਾ ਸਮਝਦਾ ਸਦਾ ਹੀ, ਵੀ ਉਹਦੀ ਕਿਰਪਾ ਹੀ ਹੈ ਵੀ ਇੱਧਰ ਲਾ ਲਿਆ ਮੈਨੂੰ। ਜਦੋਂ ਮੈਂ ਇੱਧਰ ਲੱਗਣ ਲੱਗਾ, ਕਿਉਂਕਿ 30-40 ਸਾਲ ਸੇਵਾ ਕੀਤੀ ਸਿੰਘਾਂ ਦੀ ਸਾਰਿਆਂ ਦੀ, ਉਹ ਸਾਰਿਆਂ ਬੜਿਆਂ ਬੜਿਆਂ ਨਾਲ ਸਾਰਾ ਆਣ ਕੇ ਦਿੱਲੀ 'ਚ ਮਸ਼ਹੂਰ ਕਰ ਦਿੱਤਾ ਜੀ। ਉਹ ਤਾਂ ਕੋਈ ਮੈਂਟਲ ਕੇਸ ਹੈ। ਉਹ ਮੈਂ ਕਿਹਾ ਚੰਗਾ, ਉਹ ਮੈਨੂੰ ਇੱਕ ਤੁੱਕ ਨਾਲ ਬੜਾ ਹੌਸਲਾ ਦਿੱਤਾ ਵੀ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜਿਨ ਨਿੰਦਕ ਦੁਸ਼ਟ ਸਭ ਪੈਰੀਂ ਪਾਏ। ਮੈਂ ਕਿਹਾ ਹੇ ਮਹਾਰਾਜ, ਪਹਿਲਾਂ ਵੀ ਸੱਚੇ ਦਿਲੋਂ ਸਭ ਕੁਛ ਕੀਤਾ, ਹੁਣ ਵੀ ਤੂੰ ਆਪੇ ਹੀ ਕਰਾ ਰਿਹਾ ਹੈ। ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਹੀ ਕਰਨ ਵਾਲਾ ਹੈ, ਮੇਰੇ 'ਚ ਤਾਂ ਪਹਿਲਾਂ ਵੀ ਨਹੀਂ ਸੀ ਹਿੰਮਤ। ਇਸ ਕਰਕੇ ਜੇ ਮੈਂ ਹੁਣ ਤੇਰੇ ਗਿਆਨ ਨਾਲ ਲੱਗਾ ਹੈ, ਸਾਰਾ ਕੁਛ ਲੱਗਾ ਹੈ, ਤਾਂ ਸਾਰਾ ਪਹਿਲਾਂ ਡਿਕਲੇਅਰ ਕਰਤਾ ਅਮੈਰੀਕਾ ਤੱਕ, ਸਾਰੇ ਮਚਾਤੀ ਜੀ ਉਹਨਾਂ ਨਾਲ ਤਾਂ ਕੇਸ ਖੁੱਲ੍ਹੇ ਛੱਡਤੇ ਜੀ। ਉਹ ਤਾਂ ਰਜਨੀਸ਼ ਭਗਵਾਨ ਵਾਂਗੂ ਉਹ ਹੋਰ ਹੀ ਹੋ ਗਏ, ਕਈਆਂ ਨੇ ਕਹਿਤਾ ਜੀ ਉਹ ਪਤਤ ਹੀ ਹੋ ਗਏ ਆ ਸਭ ਕੁਛ। ਮੈਂ ਕਿਹਾ ਚਲੋ ਚੰਗਾ, ਮੇਰੇ ਕੱਪੜੇ ਧੋਤੇ ਗਏ, ਨਿੰਦ ਕਾਮਰੇ ਉਹ ਹੁੰਦਾ ਹੈ ਸਭ ਚੀਜ਼ੇ। ਉਹ ਮਹਾਰਾਜ ਨਾ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਵੀ ਉਹ ਮੈਂਟਲ ਕੇਸ ਹੈ। ਉਹ ਮੈਂ ਕਿਹਾ ਇਹ ਤਾਂ ਬਾਣੀ 'ਚ ਲਿਖੇ ਆ, ਜਾ ਹਾਂ ਬੌਰਾ ਤੋ ਰਾਮ ਤੋ, ਜਾ ਹਾਂ ਬੌਰਾ ਤੋ ਰਾਮ ਤੋ, ਇਹ ਲੋਗ ਮਰਮ ਕਹਿ ਜਾਣੇ ਮੋਰਾ, ਲੋਗ ਮਰਮ ਕਹਿ ਜਾਣੇ ਮੋਰਾ। ਬਰਾਬਰੀ ਨਹੀਂ ਕਰ ਰਹੇ, ਹਰ ਇੱਕ ਬਿਆਸੀ ਦੇ ਇਹ ਚੀਜ਼ਾਂ ਆਉਣਗੀਆਂ, ਹਰ ਇੱਕ ਚੀਜ਼ ਨੂੰ ਇਸ ਚੀਜ਼ ਨੂੰ ਟਾਕਰਾ ਕਰਨਾ ਪੈਂਦਾ। ਪਰ ਬਾਬੇ ਤੇਗ ਬਹਾਦਰ ਦਾ ਸ਼ਬਦ ਸਦਾ ਯਾਦ ਰਹੇ, ਉਸ ਤੋਂ ਤਨਿੰਦਾ। ਮੈਂ ਕਿਹਾ ਜਦੋਂ ਸਿਫਤ ਹੁੰਦੀ ਸੀ ਉਦੋਂ ਤਾਂ ਬੜਾ ਫੁੱਲ ਫੁੱਲ ਬੈਠਦਾ ਸੀ, ਮਾਰ ਕੀਰਤਨ ਹੋਣਾ ਅਤੇ ਬਾਹਰ ਆ ਲੈ ਜੀ ਜੋੜਿਆਂ 'ਚ ਵੀ ਖੜ੍ਹੇ ਹੋ ਜਾਣਾ ਵੀ ਸੰਗਤ ਕੀ ਕਹਿ ਰਹੀ ਆ, ਕਹਿ ਵਾਹ ਜੀ ਵਾਹ ਵਾਹ ਵਾਹ। ਮੈਂ ਕਿਹਾ ਜੇ ਉਹ ਸੁਣ ਸਕਦਾ ਤਾਂ ਆਹ ਵੀ ਸੁਣ, ਹੁਣ ਕਿਉਂ ਤੜਫਦਾ। ਸੋ ਉਹ ਦੋ ਇੱਕੋ ਜਿਹੀਆਂ ਹਰ ਇੱਕ 'ਤੇ ਵਿਆਸੀ 'ਤੇ ਆਲਤਾਂ ਆਉਂਦੀਆਂ, ਇਹ ਉਹਦੇ ਆਪਣੇ ਰੰਗ ਹੁੰਦੇ ਆ। ਪਰ ਉਸਤ ਨਿੰਦਾ ਦਉ ਤਿਆਗੇ ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਖੇਲ ਕਠਨ ਹੈ। ਇਹ ਇਹ ਇਸੇ ਕਰਕੇ ਤਾਂ ਸ਼ਬਦਾਂ ਦਾ ਗਿਆਨ ਲਈਦਾ, ਕਿਉਂਕਿ ਇਹ ਗਿਆਨ ਦੇ ਹੱਥ ਹਥੌੜੇ ਨਾ ਫਿਰ ਸਭ ਕੁਛ ਮਨ ਮਨ ਥਿਰ ਰਹਿੰਦਾ। ਉਹ ਮਹਾਰਾਜ ਦਾ ਸ਼ਬਦ ਆਇਆ, ਜਾ ਹਾਂ ਬਾਰਾ ਤਾਰਾ, ਰਹਾਓ ਤੋਰੂ ਨਾ ਪਾਤੀ ਪੂ।
मैं नहीं फुलां दे हार ग्रंथ साहब से चाढ़दा हूँ, यह है पत्तियां तोड़ के फुलां दे हार बंगला साहब वांगू भर दिओ गुरु ग्रंथ साहब नूं। ओए हिंदू रीति है, तोरू ना पाती पूजू ना देवा। मैं ए पूजा नहीं, मेरी पूजा क्यों है? ए साचा नावण गुर की सेवा, साचा नावण गुर की सेवा। ए नाम हमारे पूजा दे, नाम हमारे पूजा दे। ए तोरू ना पाती पूजू ना देवा, तोरू ना पाती पूजू ना देवा। ए राम भगते बिन नेह फल सेवा, ए राम भगते बिन नेह फल सेवा। ए राम भगते बिन नेह फल सेवा, राम भगते बिन नेह फल सेवा। ए सत्य गुर आ गया, सतगुर का लफज एक कबीर साहब, ये सतगुरु ओह लफज ओ फरीद साहब भी अपने शब्दों वरत रहे, सारे भगत वरत रहे, मुसलमान भगत जेड़े होए भीखण अर्गे सारे वह भी शब्द ओह सब कुछ वरत रहे ने, एक गल है। इस करके सारे ही उस मैयरिंग स्टिक के शब्द चिप्स ऑफ द सेम ब्लॉक, इको थैली के चट्टे बट्टे, बर्ड्स ऑफ द सेम फैदर, उस तरीके के शब्द यही सारी चीज़ इन्हां दी आपस दे विच जो मिलावट मिल रहे ने आपस दे विच, ओह इहदा मतलब है किसी इक्के पक्के गुरु दे चेले है जिन्हां दे सारे शब्द ही इदां ही टले पए है। इस सत्य गुर पूजो सदा सद मनावो, सत्य गुर पूजो सदा सदा मनावो। ऐसी सेव दरगे सुख पावो, ऐसी सेव दरगे सुख पावो। ओ सतगुर पूजो सदा सदा मनावो, सतगुर पूजे सदा सदा मनावो। अच्छा ला भी सतगुर नू मनाइए किदा, वो जे रुसिया सानू पता हो भी किथे रहिंदा, असीं जाके चलो पैरी पा जांगे। आ सतगुर दा मनाउणा बड़ा सोहणा महला पंजवां दस रहा, कहिंदा सुख पाया सतगुरु मना, ए सुख पाया सतगुरु मना। रहाओ दी तो कह रहाओ दी किदा मनाया, आ अगे आउन लगा तरीका। सब फल पा गुरु ते आ, सब फल पा जिस पापी को मिले न कोई, शरण आवे ता निर्मल होई। रहो सुख पाया सुख, सुख पाया सुख पाया सतगुरु मना, ये सब फल पाए गुरु ते आए। इत्थे भी कबीर जी मना रहे ने सतगुर पूजो सदा सदा मनावो, सतगुर पूजो सदा सदा मनावो। ऐसी सेव दरगे सुख पावो, ऐसी सेव दरगे सुख पावो। ए लोग कहे कबीर बोराना, लोग कहे कबीर पुराना, लोग कहे कबीर पुराना, लोग कहे कबीर पुराना। कबीर का मरम राम है जाना, कबीर का मरम राम है जाना। ऐसी सेव दरगे सुख पा, असी हुण ओह राट कढ़ण वाला शब्द लैण लगे हैं डराउणा,
ਵੀ ਜੇ ਪੰਜ ਪਿਆਰੇ ਬਣ ਕੇ ਨਾਮ ਦਰੜਾਉਣ ਤੋਂ ਬਗੈਰ ਕੋਈ ਹੋਰ ਦੂਜਾ ਭਾਉ ਦਰੜਾਉਣਗੇ ਨਾ ਉਹਨਾਂ ਲਈ ਕੀ ਸਜ਼ਾ ਦਰਗਾਹ 'ਚ ਹੋਏਗੀ। ਪੰਜਾਂ ਸਿੰਘਾਂ ਦਾ ਜਾਂ ਪੰਜਾਂ ਪਿਆਰਿਆਂ ਦਾ ਇਹੋ ਹੀ ਫਰਜ਼ ਰਿਹਾ ਵੀ ਨਾਮ ਜਪਾਉਣ ਅਤੇ ਆਪ ਵੀ ਜਪਣ। ਉਹਦੇ ਉੱਤੇ ਹੋਰ ਐਡੀਸ਼ਨ ਕਰਨੀ, ਪਹਿਲਾਂ ਤਾਂ ਇਹ ਦੱਸੋ ਨੌਵਾਂ ਪਾਤਸ਼ਾਹੀਆਂ ਤੱਕ ਗੁਰਮੰਤਰ ਦਿਓ ਹਰ ਕਾਨ। ਗੁਰੂ ਮਹਾਰਾਜ ਬਾਣੀ ਵੀ ਸਰਟੀਫਾਈ ਕਰਦੀ ਵੀ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇ। ਲੈਣੀ ਨੂੰ ਜਿਸ ਵੇਲੇ ਦੀਖਿਆ ਮਿਲੀ ਹੈ, ਅੰਗਦ ਬਣ ਗਿਆ, ਫਿਰ ਉਹਨੂੰ ਕੰਨ 'ਚ ਗੁਰੂ ਮਹਾਰਾਜ ਨੇ ਗੁਰਮੰਤਰ ਹੀ ਦਿੱਤਾ ਹੈ, ਦੀਖਿਆ ਆਖ ਬੁਝਾਇਆ। ਇਸੇ ਕਰਕੇ ਪੰਜ ਸਿੰਘ ਫਤਿਹ ਦੇ ਵਿੱਚ ਬੁਲਾ ਦਿੰਦੇ ਨੇ, ਆਖਦੇ ਨੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਣੀ ਰਾਹੀਂ ਆਪਣਾ ਇਤਿਹਾਸ ਠੀਕ ਕਰਨਾ ਹੈ, ਗਿਆਨ ਸਹੀ ਲੈਣਾ ਹੈ। ਭੇਡ ਚਾਲ ਜੋ ਚੱਲ ਰਹੀ ਹੈ ਗਿਆਨ ਨਹੀਂ ਉਹਨੂੰ ਮੰਨਦਾ। ਸ਼ਬਦ ਕਹਿੰਦਾ, ਜੋ ਸ਼ਬਦ ਕਹਿ ਰਿਹਾ ਅਸਲ ਉਹ ਚਾਲ ਹੈ। ਉਹ ਚਾਲ ਕੀ ਹੈ? ਨਿਕਪਟ ਕਮਾਵੋ ਹਰ ਕੀ ਹਰ ਕਾਲ, ਕਪਟ ਚੁਕਾਵੋ ਮੇਰੇ ਗੁਰਸਿੱਖ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖ। ਜੇ ਮਹਾਰਾਜ ਸਵੇਰ ਦੀ ਚੌਂਕੀ 'ਚ ਅਸੀਂ ਲੈ ਚੁੱਕੇ ਹਾਂ ਸ਼ਬਦ, ਜੇ ਬਾਬਾ ਨਾਨਕ ਕੀ ਚੀਜ਼ ਕਹਿ ਰਿਹਾ, ਛੋਡੋ ਵੇਸ ਭੇਖ ਚਤੁਰਾਈ ਦੁਬਦਾ ਏ ਫਲ ਨਾ, ਅਤੇ ਇਹਨਾਂ ਨੂੰ ਕਿਉਂ ਮਤੱਖ ਲੜਦਾ ਵੀ ਇਹ ਸ਼ਬਦ ਇਹ ਕੀ, ਜਾਂ ਫਿਰ ਬਾਬਾ ਨਾਨਕ ਕੁਛ ਉਹ ਨਹੀਂ, ਇੱਕੋ ਚੀਜ਼ ਹੀ ਕਹਿ ਰਿਹਾ ਸਾਰੇ ਸ਼ਬਦ ਜੋ ਸਵੇਰ ਦੀ ਚੌਂਕੀ 'ਚ ਲਏ ਵੀ ਭੇਖੀ ਪ੍ਰਭੂ ਨਾ ਲੱਭਈ ਵੇਣ ਸੱਚੀ ਸਿੱਖ ਅੰਗ। ਇੱਕੋ ਹੀ ਸ਼ਬਦ ਹੈ ਜਿਹੜਾ ਕਿ ਸਾਰਿਆਂ ਦੀ ਰੀਤ, ਸਾਡੇ ਸਿੱਖਾਂ 'ਚ ਜਿੰਨਾ ਵੀ ਬਾਟੇ ਅਤੇ ਖੰਡਾ ਚੱਲ ਰਿਹਾ ਇੱਕ ਚੀਜ਼ ਜ਼ਰੂਰ ਟੈਲੀ ਕਰਦੀ, ਉਹ ਹੈ ਫਤਿਹ ਦਾ ਬੁਲਾਉਣਾ ਅਤੇ ਛੱਟੇ ਮਾਰ ਕੇ ਦਰੜਾਉਣਾ ਨਾਮ। ਜਿਹੜਾ ਇੱਥੋਂ ਵੱਧ ਬਾਕੀ ਚੀਜ਼ ਹੈ ਉਹ ਜਿਉਂ ਜਿਉਂ ਗੰਗਾ ਗਾਂਹ ਗਈ ਉਹ ਗੰਧਲੀ ਹੁੰਦੀ ਗਈ। ਕਿਸ ਤਰ੍ਹਾਂ ਪਿੱਛੇ ਜੇ ਕੱਖ ਨਹੀਂ ਸੀ, ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਦੇ ਸੀ, ਮੈਂ ਤਾਂ ਪੌੜੀਆਂ ਕਹਿੰਦਾ ਨਹੀਂ ਕਿਉਂਕਿ ਉਹ ਅੰਕ ਨੇ, ਉੱਤੇ ਪੌੜੀ ਲਫ਼ਜ਼ ਨਹੀਂ, ਪੌੜੀਆਂ ਆਸਾ ਦੀ ਵਾਰ ਦੀਆਂ ਅੰਕ ਨੇ ਆਨੰਦ ਦੇ। ਪਹਿਲੇ ਪੰਜ ਅੰਕ ਪੜ੍ਹਦੇ ਸੀ ਛੇਵਾਂ ਜਾਂ ਬਾਦਲਾ, ਅਤੇ ਪਹਿਲਾਂ ਆ ਹੁਣੇ ਜੇ ਤੁਰਿਆ ਵੀ ਨਹੀਂ ਜੀ ਪੂਰਾ ਆਨੰਦ ਸਾਹਿਬ ਪੜ੍ਹੋ, ਉਹ ਕਿਤੇ ਬਸ ਨਹੀਂ ਆ। ਆਹ ਜਿਹੜਾ ਚੌਪਈ ਦਾ ਪਾਠ ਹੈ, ਹਮਰੀ ਕਰੋ ਹਾਥ ਦੇ ਰੱਛਾ, ਇਹ ਸਿੰਘ ਸਭਾ ਲਹਿਰ ਵੇਲੇ ਚੱਲਿਆ, ਕਿਉਂਕਿ ਜਲੰਧਰ ਦੇ ਬਾਜ਼ਾਰ ਦੇ ਵਿੱਚ ਰਮਦਾਸੀਆਂ ਸਿੰਘਾਂ ਦੇ ਕੇਸ ਕੱਟ ਕੇ ਇਸ ਜੋ ਆ ਹਿੰਦ ਸਮਾਚਾਰ ਵਾਲੇ ਹੈ ਜੀ, ਉਹ ਕੀ ਪਾਰਟੀ ਹੈ, ਆਰੀਆ ਸਮਾਜੀਆਂ ਨਾਲ ਰੱਸੇ ਵੱਟੇ ਦੁਕਾਨਾਂ 'ਤੇ, ਤਾਂ ਉਸ ਵੇਲੇ ਹੌਲ ਪੈ ਗਿਆ ਸਿੰਘਾਂ 'ਚ, ਫਿਰ ਸਿੰਘ ਸਭਾ ਲਹਿਰ ਉੱਠੀ। ਉਦੋਂ ਮੇਰੇ ਬਾਪੂ ਜੀ 8ਵੀਂ 9ਵੀਂ 'ਚ ਜਲੰਧਰ ਪੜ੍ਹਦੇ ਸੀ, ਉਹਨਾਂ ਦੇ ਹੱਡ ਬੀਤੀਆਂ ਦੱਸੀਆਂ। ਸੋ ਸਿੰਘ ਸਭਾ ਉਦੋਂ ਲਹਿਰ ਉੱਠੀ ਔਰ ਫਿਰ ਸਾਰੀ ਚੀਜ਼ ਜ਼ਹੂਰ 'ਚ ਆਈ ਸਿੰਘਾਂ ਨਾਲ। ਫਿਰ ਉਸ ਵੇਲੇ ਕਿਹਾ ਉਹ ਚੌਪਈ ਸਾਹਿਬ ਦਾ ਪਾਠ ਕੱਢੋ ਦਸਮ ਗ੍ਰੰਥ 'ਚੋਂ, ਇਹਨਾਂ ਦੇ ਜਿਹੜੇ ਦੇਵਤੇ ਵੀ ਇਹ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵੀ ਦੇਵੀ ਪੂਜੀ ਫਲਾਂ, ਉਹਨਾਂ ਦਾ ਗੁਰੂ ਕੌਣ ਸੀ, ਉਹ ਤਾਂ ਭਗੌਤੀ ਨੂੰ ਆਪਣੀ ਕਹਿ ਰਹੇ ਨੇ, ਪ੍ਰਥਮ ਭਗੌਤੀ ਉਹਨਾਂ ਨਾਲ ਫਿਰ ਚੌਪਈ ਪਾਈ ਵਿੱਚ ਸਿੰਘਾਂ ਨਾਲ। ਉਦੋਂ ਹੀ ਚੌਪਈ ਦਾ ਪਾਠ ਆਇਆ, ਹੁਣ ਫਿਰ ਨਾਲ ਰਹਿ ਰਾਸ ਦੇ ਨਾਲ ਚਮੇੜ ਦਿੱਤਾ ਗਿਆ। ਇਹ ਸਾਰੀਆਂ ਹਿਸਟੋਰੀਕਲ ਬੈਕਗਰਾਊਂਡ ਮੈਂ ਤਾਂ ਦੱਸ ਰਿਹਾ ਹਾਂ ਵੀ ਸ਼ਬਦਾਂ ਦਾ ਜਿਹੜਾ ਗਿਆਨ ਉਹ ਸੱਤ ਹੈ। ਇਸ ਕਰਕੇ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਕੰਨ ਦੇ ਵਿੱਚ ਗੁਰਮੰਤਰ ਦੇ ਦਿੰਦੇ ਸੀ, ਇਹ ਚੌਅੱਖਰਾ ਖੰਡੇ ਬਾਟੇ ਥਾਣੀ ਸਿਰਫ
फतेह बुला देंदे सी। और क्योंकि नवाब कपूर सिंह दे घोड़े दे गल दे उत्ते एक बन्ने खंडा ते बाटा लटकदा रहिंदा सी, उह चार सिंह नाल रला के विच पाणी पा के खंडा पंजे सिंह वाहगुरू वाहगुरू गुरमंत्र दा जाप करके ते सिख नूं पला देंदे सी। इह आला सिंह नूं देखिआ मिली करम सिंह हिस्टोरियन एन सर्टिफाई करदा। ਇਹ ਦੀਖਿਆ ਦਾ ਰਿਵਾਜ ਗਾਂਹ ਤੋਂ ਗਾਂਹ ਫਿਰ ਚੱਲਦਾ ਗਿਆ, ਹੋਰ ਸਭ ਕੁਝ ਜਿਹੜੀ ਕਿ ਆਹ ਪ੍ਰੈਜੈਂਟ ਸ਼ੇਪ ਆ ਗਈ। ਇਸ ਕਰਕੇ ਮਹਾਰਾਜ ਕੰਨ ਦੇ ਵਿੱਚ ਤੁਹਾਨੂੰ ਨਿਤਨੇਮ ਨਹੀਂ ਸੀ ਕਰਨ ਨੂੰ ਕਹਿੰਦੇ, ਗੁਰਮੰਤਰ ਜਿਹੜਾ ਦੇਣਾ ਸਾਨੂੰ ਪਾਤਸ਼ਾਹੀਆਂ ਉਹ ਸਾਰੇ ਕੰਨ 'ਚ ਇਹ ਸਮਝਾਉਂਦੇ ਸੀ, ਕੁਸਰ ਬੁਸਰ ਕਰਦੇ ਸੀ, ਆਹ ਵੀ ਬਾਣੀ ਪੜ੍ਹੀ, ਆਹ ਵੀ ਬਾਣੀ ਪੜ੍ਹੀ। ਉਹ ਨਹੀਂ, ਉਹ ਇੱਕੋ ਹੀ ਥੌੜਾ ਮਾਰਦੇ ਸੀ, ਇੱਕੋ ਹੀ ਐਟਮ ਬੰਬ ਦਿੰਦੇ ਸੀ, ਉਹ ਸੀ सत्य साच श्री निवास आदे पुरे पर सदा तुही वाहे गुरु वाहे गुरु वाहे गुरु वाहे जियो बोलो वाहे गुरु जी का खालसा वाहे गुरु ਬਸ। ਇੱਥੋਂ ਬਾਅਦ ਜਿਹੜਾ ਕੋਈ ਹੋਰ ਚੀਜ਼ ਦੜਾਉਂਦਾ ਹੈ ਉਹਨੂੰ ਦਰਗਾਹ 'ਚ ਸਜ਼ਾ ਮਿਲੇਗੀ। ਆਹ ਸ਼ਬਦ ਅਸੀਂ ਕੱਢਣ ਲੱਗੇ ਹਾਂ, ਉਹ ਸ਼ਬਦ ਹੈ ਦਿਸੈ ਸ਼ਬਦ ਕਮਾਏ ਦਿਸੈ ਸ਼ਬਦ ਕਮਾਏ ਸ਼ਬਦ ਕਮਾਏ ਸ਼ਬਦ ਕਮਾਏ। ਸਲੋਕ ਮਹੱਲਾ ਤੀਜਾ, ਸਾਹਿਬ ਮੇਰਾ ਸਦਾ ਹੈ ਸਾਹਿਬ ਮੇਰਾ ਸਦਾ ਐਗਜ਼ਿਸਟ ਕਰਦਾ ਹੈ, ਉਹ ਹੈ ਮਹਾਰਾਜ ਅੱਗੇ ਸਰਟੀਫਾਈ ਕਰਦੇ। ਉਹ ਆਹੋਣੀ ਕਦੇ ਆਹੋਣੀ ਕਦੇ ਉਹ ਨਹੀਂ ਕਦੀ ਐਬਸੈਂਟ ਹੁੰਦਾ, ਉਹ ਗੈਰ ਹਾਜ਼ਰ ਨਹੀਂ ਹੁੰਦਾ। ਆਹੋਣੀ ਉਹ ਆਹੋਣੀ ਕਦੇ ਨਾਹੀ ਉਹ ਆਹੋਣੀ ਕਦੇ ਸਤਿਗੁਰ ਮੇਰਾ ਸਦਾ ਸਦਾ ਇਹ ਸਤਿਗੁਰ ਮੇਰਾ ਸਦਾ ਸਦਾ ਇਹ ਨਾ ਆਵੇ ਨਾ ਜਾਏ ਇਹ ਨਾ ਆਵੇ ਨਾ ਜਾਏ। ਤੇ ਜੇ ਉਹਨੂੰ ਦੇਖਣਾ ਹੋਏ ਮਹਾਰਾਜ ਲਿਖਦੇ ਨੇ ਦਿਸੈ ਸ਼ਬਦ ਕਰ ਲਓ ਸਤਿਗੁਰੂ ਦੇ ਚ, ਹੋਰ ਰਾਧਾ ਸਵਾਮੀਆਂ ਨੂੰ ਕਰੀ ਚਲੋ ਸਤਿਗੁਰੂ। ਉਹ ਜਿਹੜਾ ਮੁੰਡਾ ਜਿਹਾ ਹੁਣ ਬਿਠਾ ਲਿਆ ਨਾ ਰਾਧਾ ਸਵਾਮੀਆਂ ਦਾ, ਉਹਦਾ ਮੈਂ ਪਿੱਛੇ ਜਲੂਸ ਕੱਢ ਆਇਆ ਹਾਂ,
ਇਹ ਸਭ ਤੋਂ ਵੱਡਾ ਵੋਮੇਨਾਈਜ਼ਰ, ਸਭ ਤੋਂ ਵੱਡਾ ਚਰਚ ਤੰਬਾਕੂ ਪੀਣ ਵਾਲਾ, ਸਭ ਤੋਂ ਵੱਡਾ ਲੰਡਾ ਬਦਮਾਸ਼, ਔਰ ਸਾਰਾ ਮੈਂ ਐਵੇਂ ਨਹੀਂ ਕਹਿ ਰਿਹਾ, ਪਰੂਫ ਲੈਣੇ ਹੋਣ ਉਹਨਾਂ ਨੂੰ ਤਾਂ ਮੇਰੇ ਕੋਲ ਆਣ ਕੇ ਪੁੱਛ ਸਕਦੇ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਸਾਰੀਆਂ ਮੈਂ ਫੋਲ ਦੂੰ ਸ਼ੀਟਾਂ, ਜਿਹੜਾ ਹੁਣ ਮੁੰਡਾ ਰਿਹਾ ਜਿਹਨੇ ਪਹਿਲਾਂ ਕੇਸ ਮਨਾਇਆ ਸੀ, ਔਰ ਇਹ ਵਸੀਅਤ ਨਾ ਬਿਠਾਇਆ ਗਿਆ ਹੈ, ਔਰ ਇਸ ਗੁਰੂ ਨਾਲ ਉਹ ਮਹਾਰਾਜ ਕਹਿੰਦੇ ਆ ਜੋ ਜੰਮੇ ਅਵਰ ਦੂਜਾ ਕਿਉਂ ਸੇਵੀਐ, ਅਵਰ ਦੂਜਾ ਕਿਉਂ ਸੇਵੀਐ, ਜੋ ਜੰਮੇ ਤੇ ਮਰਿ ਨਾਹਿ, ਜੋ ਜੰਮੇ ਤੇ ਮਰਿ ਨਾਹਿ। ਸੱਜਣ ਸੇਈ ਨਾਲ ਮੈਂ, ਸੱਜਣ ਸੇਈ ਨਾਲ ਮੈਂ, ਜੋ ਚੱਲਦੇ ਨਾਲ ਚਲਨ, ਜੋ ਚਲਦੇ ਆ ਨਾਲੇ ਚਲਨ, ਉਹ ਜਿੱਥੇ ਲੇਖਾ ਮੰਗੀਐ, ਏ ਜਿੱਥੇ ਲੇਖਾ ਮੰਗੀਐ, ਏ ਤਿੱਥੇ ਖੜੇ ਸਨ, ਤਿੱਥੇ ਖੜੇ ਸਨ। ਜਿਹੜਾ ਜੰਮਣ ਮਰਨ ਵਾਲਾ ਸਤਿਗੁਰੂ ਕਰ ਲੈਂਦੇ ਉਹ ਉੱਥੇ ਕਤਾਰ ਲੱਗੀ ਹੈ ਧਰਮਰਾਜ ਦੇ। ਉਹ ਅਗਲਾ ਜਿਹੜਾ ਗਿਆ ਹੁੰਦਾ ਉਹਦਾ ਸੇਵਕ ਜਿਹਨੇ ਨਾਮ ਲਿਆ ਹੁੰਦਾ, ਕਿਉਂਕਿ ਅੱਜ ਕੱਲ੍ਹ ਜਣਾ ਖਣਾ ਹੀ ਜਾ ਕੇ ਨਾ ਰਾਧਾ ਇਹਨੇ ਦੂਸਰੇ ਭੈਣੇ ਤੂੰ ਨਾਮ ਲਿਆ ਹੀ ਹੈ, ਮੈਂ ਇੱਥੇ ਨਾਮ ਲੈ ਆਈ ਹੈ। ਲਿਆ ਕਿੱਡਾ ਖਰੋੜ ਸੀ ਜਿਹੜਾ ਕੱਢ ਕੇ ਛੇਤੀ ਨਾਲ ਤਲੀ 'ਤੇ ਰੱਖ ਦਿੱਤਾ ਨਾ, ਉਹ ਸ਼ਬਦ ਲਿਆ। ਚੰਗੇ ਹੋ ਤੁਸੀਂ ਵੀ, ਮਾਸ ਮੱਛੀ ਨਹੀਂ ਖਾਂਦੇ, ਇਹਨਾਂ ਪੁਜਾਰੀ ਟੋਲੇ ਨਾਲੋਂ ਤਾਂ ਚੰਗੇ ਹੋ, ਅਤੇ ਤੁਸੀਂ ਬੜੇ ਵਾਲਾ ਜੀਵਨ ਹੈ ਤੁਹਾਡਾ, ਸਾਰਾ ਕੁਛ ਠੀਕ ਹੈ, ਪਰ ਬਾਬੇ ਨਾਨਕ ਦੀ ਬਰਾਬਰੀ ਤਾਂ ਨਾ ਕਰੋ। ਠੀਕ ਹੈ ਤੁਸੀਂ ਸਾਰੇ ਚੰਗੇ ਹੋ। ਇਸ ਕਰਕੇ ਉਹ ਜਿਸ ਵੇਲੇ ਅਗਲੀ ਦਰਗਾਹ 'ਚ ਜਾਂਦੇ ਆ ਨਾ ਲੋਕ, ਉੱਥੇ ਦੀ ਫੋਟੋ ਦੇਖਣ ਵਾਲੀ ਜਿਹੜੀ ਵਾਰਾਂ ਦੀ ਪੌੜੀ 'ਚ ਲਿਖੀ ਆ ਭਾਈ, ਉਹ ਅੱਗੇ ਪਿੱਛੇ ਨਾ ਉਹ ਸਾਰੇ ਹੁੰਦੇ ਆ, ਉਹ ਚੁਣ ਕੱਢੇ, ਵੱਖ ਕੱਢੇ, ਜਜਮਾਲਿਆ, ਥਾਂ ਨਾ ਪਾਨ ਕੂੜਿਆ, ਮੂੰਹ ਕਾਲੇ, ਦੋਜ਼ਖ ਚਾਲਿਆ, ਉਹ ਜਿਹੜੀਆਂ ਬਖਸ਼ੀਆਂ ਰੂਹਾਂ ਦੇ ਵਿੱਚ ਲੈਣ ਦੇ ਵਿੱਚ ਘੁਸੜ ਜਾਂਦੇ ਆ। ਉਹ ਫਿਰ ਜਮਦੂਤ ਆਉਂਦੇ ਉਹ ਕਹਿੰਦੇ ਉਹ ਆਹ ਕਿੱਥੇ ਘੁਸੜਦਾ ਜਾਂਦਾ, ਇਹਨੂੰ ਕੱਢੋ ਕਾਲਾ ਮੂੰਹ ਕਰਕੇ, ਅਤੇ ਹੋਰ ਹੀ ਕੋਈ ਹੈ। ਐਨ ਪੌੜੀ 'ਚ ਲਿਖੇ ਆ ਆਸਾ ਦੀ ਵਾਰ ਦੀ, ਹੁਣ ਵੱਖ ਕੱਢੇ ਜਜਮਾਲ ਲਿਆ, ਥਾਂ ਨਾ ਪਾਇਨ ਕੂੜਿਆ, ਮੂੰਹ ਕਾਲੇ, ਦੋ ਇਹਨਾਂ ਨੂੰ ਕੱਢੋ, ਉੱਥੇ ਇਹਨਾਂ ਦਾ ਮਹਿਕਮਾ ਇੱਥੇ ਹੈ ਨਹੀਂ। ਉੱਥੇ ਭੀੜ ਲੱਗੀ ਹੈ, ਉੱਥੇ ਉਹ ਜਿਹੜਾ ਜਿਹਨਾਂ ਨਾਲ ਅਰਾਧਾ ਸਵਾਮੀਆਂ ਜਾਂ ਨਾਮਧਾਰੀਆਂ ਕੋਲੋਂ ਨਾਮ ਲਿਆ ਹੁੰਦਾ ਸਾਰਾ, ਉਹ ਅੱਗੇ ਵੱਧੇ ਖੜੋਤੇ ਹੁੰਦੇ। ਉਹ ਕਹਿੰਦੇ ਯਾਰ ਸਾਡਾ ਗੁਰੂ ਤਾਂ ਕਹਿੰਦਾ ਸੀ ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹੋਊਂਗਾ, ਉਹ ਪਿੱਛੋਂ ਬਾ ਉਹ ਮੈਂ ਤੁਹਾਡੇ ਨਾਲ ਹੀ ਹੈ, ਉਹ ਵੀ ਉੱਦਾਂ ਪਿੱਛੇ ਵੱਧਾ ਪਿੱਛਾ ਹੁੰਦਾ। ਉਹ ਕਹਿੰਦਾ ਕਿਉਂ ਹੌਸਲਾ ਹਟਦਾ, ਉਹ ਕਹਿੰਦੇ ਯਾਰ ਤੂੰ ਤਾਂ ਕਹਿੰਦੇ ਸੀ ਛਡਾਵਾਂਗਾ ਤੇ ਤੂੰ ਆਪ ਹੀ ਵੱਧਾ ਪਿਆ। ਸੱਜਣ ਸਹੀ ਨਾਲ ਸੀ, ਉਹ ਲਾਹੌਰ 'ਚ ਹੀਰਾ ਮੰਡੀ ਬੜੀ ਮਸ਼ਹੂਰ ਸੀ, ਕੰਜਰੀਆਂ ਦਾ ਬਾਜ਼ਾਰ, ਅਤੇ ਉਹ ਦੂਸਰਾ ਕਹਿਣ ਲੱਗਾ ਯਾਰ ਤੂੰ ਅੱਜ ਹੀਰਾ ਮੰਡੀ ਫਿਰਦਾ ਸੀ। ਉਹ ਕਹਿੰਦਾ ਯਾਰ ਫਿਰ ਜੇ ਤੂੰ ਦੇਖਿਆ ਸੀ ਵੀ ਜੇ ਤੂੰ ਵੀ ਤਾਂ ਉੱਥੇ ਹੀ ਸੀ। ਇਸ ਤਰ੍ਹਾਂ ਸਾਰੇ ਹੀ ਉੱਥੇ ਆ। ਸੱਜਣ ਚੱਕੀਏ ਆਓ ਤੱਕੀਏ, ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ, ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ, ਇਹ ਪੁੱਛ ਨਾ ਸਕੇ ਕੋਈ, ਕੋਈ ਪੁੱਛ ਨਾ ਸਕੇ ਕੋਈ, ਹਰ ਦਾ ਸਦ ਢੋਈ, ਪੁੱਛ ਨਾ ਸਕੇ ਕੋਈ, ਹਰ ਦਾ ਸਦ ਢੋਈ, ਜਮ ਕਾਲ ਮਿਲੇ ਤੇ ਪੇਟ ਸੇਵਕ ਨਿਤ ਹੋਈ, ਕਾਲ ਮਿਲੇ ਤੇ ਪੇਟ ਸੇਵਕ ਨਿਤ ਹੋਈ, ਪੂਰੇ
पथ प्रगट लोई, पूरे गुर ते महल पाया पथ प्रगट लोई। ए नानक अनहतुनी दर वज दे वज दे वज दे वज दे वज दे, नानक अनहतुनी दर वज दे मिलिया हरस गुरु गुरु। वाह 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 आवर आवर दूजा क्यों सेवी है, आवर दूजा क्यों सेवी है, जो जम्मे ते मर जाए, जम्मे ते मर जाए। ए नेवल दिन का जी निचोड़। इस शब्द का महला तीजा निचोड़ कढ रहा, कहिंदा जिहड़ा नाम जपण वाला काम आ उत्थे कीता नहीं ते दूजे भाव दुबदा च ही पिया रहा सारी उम्र, होर ही ककारां नाल ही प्यार करी गया सारी उम्र, नाम दे ते लागे छागे नहीं आया। वो कहिंदी इन्हां लोकां नूं पता नहीं है जिहड़ियां बाकी चीज़ां दूजा भाव दुरड़ाउंदे है गुरु नानक दे घर दे विच सवाए नाम तों, इन्हां नूं ये नहीं पता। नानक एव ना जापई, कहिंदा इन्हां नूं इस आ इन्हां नूं डारी कोई नहीं है। क्यों? करता केती दे सजाए, करता केती दे सजाए, एक खेती भाई। बाबा नानक दी तुक कदी पढ़ लिया करे, चित किहदे ने लाउणा? भाई रे ए राम कहो चित लाए, भाई रे राम कहो चित लाए, राम कहो चित लाए, राम कहो कहो टल गुर से बिया, सो कहो टल गुर से बिया, ए अहरस सहज सुभाए, अहरस सहज सुभाए, ए दर्शन परसे गुरु कै, ए दर्शन परसे गुरु जन्म मरण दुख जाए, जन्म मरण दुख जाए, भाई रे राम कहो चित लाए, भाई रे राम कहो चित लाए, खसम न जाने अपना, खसम न आवरी का चित लाए, आवरी का चित लाए, ए आवरी का चित लाए, आवरी का
भाई सिखी दे विच है कि या कुछ नहीं होर हमारा ए ए हमारा एक हरी हरी वाहगुरु ए हमारा एक हरी हरी ए ओ हरी हरी नहीं है ओ जी तुसी भंग पींदे हो हरी 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 पी हरी हरी पीने है दूसरी नहीं पीने हमार एक हरी हरी हमारा एक हरी हरी हमारा एक हरी हरी हमारा एक हरी हरी आन अवर से ज्ञान ना करी आन अवर से ज्ञान ना करी तू पौल लै भी आया है ना तू हरी हरी ते रही गुरु गुरु जपी बस बाकी बाकी किसी ने चीज नु ना पछाणी जो उन्हां ने कहा अपनी मत ना कहंदे है आन अवर से ज्ञान करी रहो क्योंकि तेरे पिछे शब्द है शब्द सर्टिफाई कर रहे हैं इको चीज ही है हमारा एक हरी हरी बोलो वाहे गुरु जी का खालसा वाहे गुरु जी की फतेह वाहे गुरु जी का खालसा ए होइया बस हमारा एक हरी 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 वाहगुरु वाहगुरु हमारा एक हरी हरी हमारा एक हरी हरी ए वड्डे पागे गुर अपना पायो वड्डे पागे गुर अपना पायो ए गुरे मुको हार नाम तिरदायो गुरे मुको हार नाम तिरदायो क्यों हमारा